ਅਖੀਲਾ ਪੰਜਾਬ ਟੀਵੀ ਅਤੇ ਐਨਜੜ ਪੰਜਾਬੀ ਨਿਊਜ਼ ਦੇਖਦੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਕਿ ਜਸਪ੍ਰੀਤ ਸਿੰਘ ਰਾਜਪੁਰਾ ਵੱਲੋਂ ਬਹੁਤ ਬਹੁਤ ਸਵਾਗਤ ਆ। ਟੀਵੀ 7 ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਦੁਬਾਰਾ ਹਾਜ਼ਰ ਹੋ ਚੁੱਕੇ ਹਾਂ ਜੀ। ਮੇਰੇ ਨਾਲ ਸਾਡੇ ਐਡੀਟਰ ਅਵਤਾਰ ਸਿੰਘ ਟਹਿਣਾ ਮੌਜੂਦ ਹੈਗੇ ਨੇ। ਟਹਿਣਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜਸਪ੍ਰੀਤ ਜੀ, ਮੇਰੇ ਵੱਲੋਂ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਆਦਾਬ। ਟਹਿਣਾ ਸਾਹਿਬ, ਆਪਾਂ ਅੱਜ ਕੀਵੀ ਪੰਜਾਬ 7 ਪ੍ਰੋਗਰਾਮ ਦੇ ਵਿੱਚ ਜਿਹੜੀਆਂ ਖਬਰਾਂ ਦੇ ਉੱਤੇ ਜਿਹੜੀ ਚਰਚਾ ਕਰਨੀ ਹੈਗੀ ਆ, ਉਹਨਾਂ ਦੇ ਉੱਤੇ ਆਪਾਂ ਸਭ ਤੋਂ ਪਹਿਲਾਂ ਜਿਹੜੀ ਚਰਚਾ ਕਰਨੀ ਆ, ਅੱਜ ਆਪਾਂ ਇੱਕ ਆਰਟੀਕਲ ਵੀ ਲਾਇਆ ਹੈਗਾ ਆ ਕਿ ਜਿਹੜੀਆਂ ਪੰਜਾਬੀ ਜਾਂ ਭਾਰਤੀ ਮੂਲ ਦੀਆਂ ਜਿਹੜੀਆਂ ਲੜਕੀਆਂ ਹੈਗੀਆਂ ਨੇ, ਸਾਡੀਆਂ ਬੀਬੀਆਂ ਭੈਣਾਂ ਹੈਗੀਆਂ ਨੇ, ਹਾਂਜੀ, ਆਪਾਂ ਕਹਿੰਦੇ ਹਾਂ ਵੀ ਸੌਖੀ ਪੀਅਰ ਹੋ ਜਾਂਦੀ ਆ ਅਰਲੀ ਚਾਈਲਡਹੁੱਡ ਦੇ ਵਿੱਚ, ਪਰ ਜਿਹੜਾ ਆਰਟੀਕਲ ਸਾਹਮਣੇ ਆਇਆ ਅੱਜ, ਉਹਦੇ ਵਿੱਚ ਕਾਫੀ ਜਿਹੜੀ ਡਿਪਰੈਸ਼ਨ ਦੇ ਵਿੱਚ ਬੀਬੀਆਂ ਗਈਆਂ ਹੈਗੀਆਂ ਨੇ, ਕਾਫੀ ਜਿਹੜਾ ਚਿੰਤਾ ਦਾ ਵਿਸ਼ਾ ਹੈਗਾ, ਕਾਫੀਆਂ ਨੂੰ ਵਾਪਸ ਵੀ ਮੁੜਨਾ ਪਿਆ ਆ। ਪੂਰਾ ਮੁੱਦਾ ਹੈ ਕੀ ਆ, ਕੀ ਘਟਨਾਕ੍ਰਮ ਹੈਗਾ ਤੁਹਾਡੀ ਨਜ਼ਰ ਨਿਗਾਹ ਦੇ ਨਾਲ, ਕੀ ਉਹਦੇ ਵਿੱਚ ਰੱਖਿਆ ਗਿਆ ਹੈਗਾ? ਜਸਪ੍ਰੀਤ ਜੀ, ਸਾਡਾ ਸਭ ਤੋਂ ਪਹਿਲਾਂ ਜਿਹੜਾ ਇਹ ਮੁੱਦਾ ਹੈਗਾ ਜਿਹੜਾ ਅੱਜ ਦਾ ਮੈਂ ਕਰਾਂ ਜਿਹੜੀ ਇਸ ਜਿਹਦੇ ਨਾਲ ਇਹ ਰਿਲੇਟਡ ਹੈ, ਸਭ ਤੋਂ ਪਹਿਲਾਂ ਆਪਾਂ ਤਾਂ ਉਹਦੇ 'ਤੇ ਥੋੜ੍ਹਾ ਜਿਹਾ ਆਪਾਂ ਚਾਨਣਾ ਪਾ ਦਿੰਦੇ ਨਾਲੇ ਦਰਸ਼ਕਾਂ ਸਾਰਿਆਂ ਨੂੰ, ਅਤੇ ਉਸ ਤੋਂ ਬਾਅਦ ਜਿਹੜੇ ਇਹਦੇ ਨਾਲ ਹੋਰ ਨੁਕਤੇ ਜੁੜੇ ਹੋਏ ਆ ਉਹ ਵੀ ਆਪਾਂ ਇੱਥੇ ਡਿਸਕਸ ਕਰਾਂਗੇ, ਤਾਂ ਜੋ ਜਿਹੜੇ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਹੋਰ ਨੂੰ ਉਸ ਤਰ੍ਹਾਂ ਦੀ ਦਿੱਕਤ ਨਾ ਆਵੇ। ਸੋ ਇਹ ਸਾਰਾ ਜਿਹੜਾ ਮਾਮਲਾ ਹੈਗਾ 2 ਦਿਨ ਪਹਿਲਾਂ ਮੇਰੇ ਧਿਆਨ ਦੇ ਵਿੱਚ ਆਇਆ ਸੀਗਾ, ਅਤੇ ਫਿਰ ਮੈਂ ਇੰਡੀਆ ਦੇ ਵਿੱਚ ਉਸ ਜਿਹੜਾ ਪੀੜਿਤ ਪਰਿਵਾਰ ਆ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਆ। ਸੋ ਇਹ ਜਿਹੜਾ ਅਰਲੀ ਚਾਈਲਡਹੁੱਡ ਦਾ ਜਿਹੜਾ ਉਸ ਪਰਿਵਾਰ ਦੇ ਵਿੱਚੋਂ ਜਿਹੜੀ ਆਪਣੀ ਜਿਹੜਾ ਮੇਰੇ ਬੰਦੇ ਦੇ ਨਾਲ ਗੱਲ ਹੋਈ ਹੈ ਨੌਜਵਾਨ ਦੇ ਨਾਲ, ਸੋ ਉਹਨਾਂ ਦੀ ਜਿਹੜੀ ਪਤਨੀ ਸੀ ਇੱਥੇ ਨਿਊਜ਼ੀਲੈਂਡ ਦੇ ਵਿੱਚ ਇੱਕ ਕਾਲਜ ਹੈ, ਪ੍ਰਾਈਵੇਟ ਕਾਲਜ, ਉਹਦੇ ਵਿੱਚ ਜਿਹੜਾ ਲੈਵਲ 7 ਦਾ ਅਰਲੀ ਚਾਈਲਡਹੁੱਡ ਐਜੂਕੇਸ਼ਨ ਦਾ ਡਿਪਲੋਮਾ ਲੈ ਕੇ ਇੱਥੇ ਆਏ ਸੀਗੇ ਫਰਵਰੀ ਮਹੀਨੇ ਦੇ ਵਿੱਚ। ਸੋ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਉਹਨਾਂ ਦੇ ਨਾਲ ਜਦੋਂ ਇੱਥੇ ਆਏ ਤਾਂ ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਿਆ ਵੀ ਜਿਹੜੀ ਅਸੀਂ ਤਾਂ ਫੀਸ ਤਾਂ ਅਸੀਂ ਭਰ ਦਿੱਤੀ ਹੈ ਹੁਣ, ਅਤੇ ਜਦੋਂ ਅਸੀਂ ਹੁਣ ਕਲਾਸ ਦੇ ਵਿੱਚ ਇਨਰੋਲ ਹੋਣਾ ਜਾ ਕੇ ਬੈਠਣਾ ਹੈ, ਤਾਂ ਉਹ ਕਹਿੰਦੇ ਵੀ ਤੁਹਾਨੂੰ ਜਿਹੜਾ ਕਾਲਜ ਦੇ ਵਿੱਚ ਇੱਕ ਟੈਸਟ ਹੁੰਦਾ ਉੱਥੇ, ਜਾਣੀ ਕਿ ਉਹ ਪਹਿਲਾਂ ਹੀ ਉਹ ਕੋਈ ਇੰਨੀ ਗੱਲ ਹੈਗੀ, ਤਾਂ ਉਹ ਟੈਸਟ ਹੁੰਦਾ ਲਿਟਰੇਸੀ ਨਿਊਮਰੇਸੀ ਦਾ, ਜਿਹਦੇ ਵਿੱਚ ਖਾਸ ਤੌਰ 'ਤੇ ਮੈਥ ਵੀ ਹੁੰਦਾ ਅਤੇ ਕੁਛ ਹੋਰ ਜਿਹੜੇ ਬੇਸਿਕ ਚੀਜ਼ਾਂ ਹੁੰਦੀਆਂ। ਪਰ ਉਹਨਾਂ ਦਾ ਜਿਹੜਾ ਪਰਿਵਾਰ ਦਾ ਕਹਿਣਾ ਇਹ ਹੈਗਾ ਕਿ ਉਹ ਜਿਹੜੇ ਆਪਣੇ ਸੱਜਣ ਕਹਿੰਦੇ ਵੀ ਸਾਨੂੰ ਦੱਸਿਆ ਹੀ ਨਹੀਂ ਗਿਆ, ਜਿਹੜੇ ਉੱਥੇ ਇਮੀਗ੍ਰੇਸ਼ਨ ਐਡਵਾਈਜ਼ਰਾਂ ਦੀ ਇੱਥੇ ਸਭ ਤੋਂ ਵੱਡੀ ਗਲਤੀ ਮੈਂ ਸਮਝਦਾ ਵੀ ਉਹਨਾਂ ਨੂੰ ਇਹ ਚੀਜ਼ ਕਲੀਅਰ ਕਰ ਦੇਣੀ ਚਾਹੀਦੀ ਸੀਗੀ ਵੀ ਤੁਹਾਡੀ ਐਡਮਿਸ਼ਨ ਹੋ ਗਈ ਹੈ, ਪਰ ਸਟਿਲ ਤੁਹਾਨੂੰ ਉੱਥੇ ਨਿਊਜ਼ੀਲੈਂਡ ਜਾ ਕੇ ਜੋ ਤੁਸੀਂ ਕਾਲਜ ਜਾਓਗੇ ਉੱਥੇ ਇੱਕ ਸਪੈਸ਼ਲ ਟੈਸਟ ਹੋਊਗਾ, ਤੁਸੀਂ ਉਹਦੀ ਪ੍ਰੈਪਰੇਸ਼ਨ ਪਹਿਲਾਂ ਕਰਕੇ ਜਾਓ। ਸੋ ਉਹ ਬੜਾ ਸਟ੍ਰੈਸਫੁੱਲ ਸੀ, ਜਦੋਂ ਉਹਨਾਂ ਨੇ ਟੈਸਟ ਲਿਆ ਤਾਂ ਮੈਥ ਦੇ ਵਿੱਚੋਂ ਕਲੀਅਰ ਨਹੀਂ ਹੋਇਆ, ਤਾਂ ਜਿਹੜੀਆਂ 4 ਕੁੜੀਆਂ ਇੱਕ ਆਪਣੇ ਪੰਜਾਬ ਤੋਂ ਸੀ ਅਤੇ 3 ਕੁੜੀਆਂ ਹੋਰ ਆਪਣੇ ਜਿਵੇਂ ਦਿੱਲੀ ਜਾਂ ਸਾਊਥ ਇੰਡੀਆ ਤੋਂ ਦਾਖਲ। ਸੋ ਉਹਨਾਂ ਨੇ ਫਿਰ ਹਾਂਜੀ ਸੋ ਉਹਦੇ ਵਿੱਚ ਫਿਰ ਕੀ ਹੋਇਆ ਕਿ ਜਦੋਂ ਸਟ੍ਰੈਸ ਨਹੀਂ ਹੋਇਆ ਤਾਂ ਉਹਨਾਂ ਨੇ ਕਿਹਾ ਵੀ ਜਾਂ ਤਾਂ ਤੁਸੀਂ ਇਸ ਚੀਜ਼ ਨੂੰ ਕਲੀਅਰ ਕਰ ਲਓ, ਅਤੇ ਜਾਂ ਫਿਰ ਤੁਸੀਂ ਇਹ ਹੈਗਾ ਵੀ ਤੁਹਾਡੇ 25% ਜਿਹੜੀ ਫੀਸ ਤੋਂ ਸਾਨੂੰ ਡਿਡਕਟ ਕਰਨੀ ਪਊਗੀ, ਅਤੇ ਮੋੜ ਕੇ ਅਤੇ ਬਾਕੀ ਤੁਹਾਡੇ ਤੁਹਾਨੂੰ ਅਸੀਂ ਮੋੜ ਦਿਆਂਗੇ, ਤੁਸੀਂ ਤੁਹਾਨੂੰ ਫਿਰ ਇੰਡੀਆ ਜਾਣਾ ਪਊਗਾ। ਇਹ ਵੀ ਇੱਕ ਬੜਾ ਵੱਡਾ ਸਟ੍ਰੈਸ ਵਾਲਾ ਸੀਗਾ। ਸੋ ਦੂਜੀ ਗੱਲ ਇਹ ਹੈਗੀ ਹੈ ਕਿ ਉਹ ਜਿਹੜੀਆਂ ਲੜਕੀਆਂ ਸੀਗੀਆਂ 3 ਉਹਦੇ ਵਿੱਚ ਮੈਰਿਡ ਸੀਗੀਆਂ, ਅਤੇ ਆਈਆਂ ਵੀ ਇਕੱਲੀਆਂ ਸੀ ਕਿਉਂਕਿ ਜਿਹੜਾ ਲੈਵਲ 7 ਦੇ ਵਿੱਚ ਸਪਾਊਜ਼ ਨੂੰ ਨਾਲ ਦੀ ਨਾਲ ਜਿਹੜਾ ਵਰਕ ਪਰਮਿਟ ਨਹੀਂ ਮਿਲਦਾ ਗਾ, ਅਤੇ ਉਹਨਾਂ ਦੇ ਬੱਚੇ ਵੀ ਉੱਥੇ ਸੀਗੇ, ਅਤੇ ਸਟ੍ਰੈਸ ਦੇ ਵਿੱਚ ਉਹ ਪਹਿਲਾਂ ਸੀਗੀਆਂ, ਅਤੇ ਫਿਰ ਨਾਲ ਇੱਕ ਹੋਰ ਉਹਨਾਂ ਦੇ ਲਈ ਸਟ੍ਰੈਸ ਕ੍ਰੀਏਟ ਹੋ ਗਿਆ। ਫਿਰ ਚਲੋ ਕਰ ਕਰਾ ਕੇ ਉਹਨਾਂ ਨੇ ਜਿਹੜਾ ਇਹ ਸੀਗਾ ਮਾਮਲਾ ਜਿਹੜਾ ਟੈਸਟ ਪਾਸ ਕਰ ਲਿਆ, ਅਤੇ ਕਲਾਸ ਦੇ ਵਿੱਚ ਉਹ ਬੈਠ ਗਏ। ਫਿਰ ਕਲਾਸ ਤੋਂ ਬਾਅਦ ਇੱਕ ਜਿਹੜੀ ਅਗਲੀ ਗੱਲ ਆਉਂਦੀ ਹੈ, ਉਹਦੇ ਵਿੱਚ ਇਹ ਹੁੰਦਾ ਕਿ ਇਸ ਕੋਰਸ ਦੇ ਵਿੱਚ ਇੱਕ ਟੀਚਿੰਗ ਪ੍ਰੈਕਟਿਸ ਲੱਗਦੀ ਹੈ। ਤੋ ਟੀਚਿੰਗ ਪ੍ਰੈਕਟਿਸ ਵਾਸਤੇ ਕੀ ਹੁੰਦਾ ਕਿ ਤੁਹਾਨੂੰ ਇੱਕ ਸੈਂਟਰ ਲੱਭਣਾ ਪੈਂਦਾ ਅਰਲੀ ਚਾਈਲਡਹੁੱਡ ਦਾ, ਕਿਤੇ ਵੀ ਜਿੱਥੇ ਉਹ ਤੁਹਾਡੀ ਮਰਜ਼ੀ ਹੁੰਦੀ ਹੈ ਤੁਹਾਨੂੰ। ਹਾਂਜੀ, ਸੋ ਉਹਦੇ ਵਿੱਚ ਕੀ ਹੁੰਦਾ ਕਿ ਜਦੋਂ ਹੁਣ ਜਿਹੜਾ ਬੰਦਾ ਨਵਾਂ ਆਇਆ, ਜੋ ਕੁੜੀ ਇਕੱਲੀ ਆਈ ਹੈ, ਉਹਨੂੰ ਨਾ ਤਾਂ ਇੱਥੋਂ ਦਾ ਪਤਾ ਹੁੰਦਾ ਸਾਰਾ ਸਿਸਟਮ ਦਾ ਵੀ ਕਿੱਥੋਂ ਜਾਣਾ, ਕਿੱਥੋਂ ਬੱਸ ਫੜਨੀ, ਕਿੱਥੋਂ ਟ੍ਰੇਨ ਫੜਨੀ ਹੈ, ਅਤੇ ਕਿੱਥੇ ਕਾਲਜ ਹੈ ਮੇਰਾ, ਹੈ ਨਾ, ਮਸਾਂ ਬੜੀ ਮੁਸ਼ਕਲ ਹੁੰਦੀ ਹੈ ਇਸ ਮਾਮਲੇ ਦੇ ਵਿੱਚ। ਫਿਰ ਉਹਨਾਂ ਨੇ ਕੀ ਕੀਤਾ ਵੀ ਫਿਰ ਤੁਰ ਫਿਰ ਕੇ ਉਹਨਾਂ ਨੇ ਜਿਹੜੇ ਅਕਸਰ ਫਿਰ ਸੈਂਟਰ ਉਹਨਾਂ ਨੇ ਲੱਭ ਲਏ, ਇਹ ਵੀ ਚਲੋ ਉਹਨਾਂ ਨੇ ਇੱਕ ਹਰਡਲ ਜਿਹੜੀ ਪਾਸ ਕਰ ਲਈ। ਸੋ ਉੱਥੇ ਜਾ ਕੇ ਉਹਨਾਂ ਨੂੰ ਫਿਰ ਇੱਕ ਜਿਹੜੀ ਵੱਡੀ ਸਮੱਸਿਆ ਹੋਈ। ਸੋ ਉਹਦੇ ਵਿੱਚ ਇਹ ਹੋਇਆ ਕਿ ਜਿਹੜੀ ਉਹਨਾਂ ਦੀ ਜਿਹੜੀ ਟੀਚਿੰਗ ਪ੍ਰੈਕਟਿਸ ਲੱਗਦੀ ਹੈ, ਜਿਹੜੀ ਕਾਲਜ ਦੀ ਰਿਕੁਆਇਰਮੈਂਟ ਹੈਗੀ ਹੈ, 16 ਘੰਟੇ ਹੁੰਦੀ ਹੈ ਜਾਣੀ ਕਿ ਇੱਕ ਵੀਕ ਦੇ ਵਿੱਚ ਉਹਨਾਂ ਨੂੰ, ਜਾਣੀ ਕਿ ਜਿਹੜਾ 20 ਘੰਟੇ ਜਿਹੜੇ ਸਟੂਡੈਂਟ ਨੂੰ ਜਿਹੜਾ ਵਰਕ ਪਰਮਿਟ ਮਿਲਦਾ, ਜਿਹੜਾ ਲੀਗਲੀ ਕੰਮ ਕਰ ਸਕਦਾ। ਸੋ ਉੱਥੇ ਜਾ ਕੇ ਜਦੋਂ ਉਹਨਾਂ ਨੇ ਦੇਖਿਆ ਵੀ ਉਹ ਕਹਿੰਦੇ ਵੀ ਟੀਚਿੰਗ ਪ੍ਰੈਕਟਿਸ ਉਹ ਵੈਸੇ ਸੈਂਟਰ ਦੀ ਮਰਜ਼ੀ ਹੁੰਦੀ ਹੈ, ਉਹਨੂੰ ਤੁਹਾਨੂੰ ਪੇ ਕਰਨਾ ਜਾਂ ਨਹੀਂ ਕਰਨਾ ਗਾ, ਇਹ ਵੈਸੇ ਕਲੀਅਰ ਕਰ ਦੇਣੀ ਚਾਹੀਦੀ ਸੀ ਉੱਥੇ ਹੀ, ਜਿਹੜੀ ਜਾਂ ਤਾਂ ਕਾਲਜ ਵਾਲਿਆਂ ਨੂੰ ਵੀ ਕਲੀਅਰ ਕਰਨੀ ਚਾਹੀਦੀ। ਮੈਨੂੰ ਲੱਗਦਾ ਜਿਹੜੇ ਇਮੀਗ੍ਰੇਸ਼ਨ ਐਡਵਾਈਜ਼ਰ ਆਪਣੇ ਇੰਡੀਆ 'ਚ ਬੈਠੇ ਆ, ਜਦੋਂ ਇਹ ਕੋਰਸ ਦਾ ਦਾਖਲਾ ਦਵਾਉਂਦੇ ਆ, ਉਹਨਾਂ ਨੂੰ ਇਹ ਗੱਲ ਕਲੀਅਰ ਕਰ ਦੇਣੀ ਚਾਹੀਦੀ ਹੈ ਵੀ ਤੁਹਾਨੂੰ ਜਿਹੜੇ 16 ਘੰਟੇ ਦੀ ਪ੍ਰੈਕਟਿਸ ਆ ਇਹ ਡਿਪੈਂਡ ਕਰਦਾ ਤੁਹਾਡੀ, ਜੇ ਚੰਗੀ ਕਿਸਮਤ ਆ ਤੁਹਾਨੂੰ ਉਹ
ਪੇਡ ਵੀ ਹੋ ਸਕਦੀ ਹੈ ਅਤੇ ਨਹੀਂ ਫਿਰ ਤੁਹਾਨੂੰ ਜਿਹੜਾ ਇਹ ਫ੍ਰੀ ਦੇ ਵਿੱਚ ਕੰਮ ਕਰਨਾ ਪਊਗਾ ਅਤੇ ਤੁਹਾਨੂੰ ਕਿਤੇ ਹੋਰ ਜਿਹੜੇ 20 ਘੰਟੇ ਆ ਕਿਸੇ ਹੋਰ ਸੈਂਟਰ 'ਚ ਕੰਮ ਕਰੋ ਤੁਸੀਂ, ਜਾਂ ਫਿਰ ਤੁਸੀਂ ਇਹ ਹੋ ਸਕਦਾ ਵੀ ਜਾਂ ਕੋਈ ਹੋਰ ਆ ਜਿਹੜਾ ਅਰਲੀ ਚਾਈਲਡਹੁੱਡ ਤੋਂ ਇਲਾਵਾ ਕੋਈ ਹੋਰ ਕੋਰਸ ਕਰੋ, ਬਰਗਰ ਕਿੰਗ ਲੱਗ ਗਏ ਕਿਤੇ ਵੀ ਲੱਗ ਗਏ ਜਾਣੇ ਕਿਤੇ ਜਿਹੜੀ ਨੌਕਰੀ ਆਮ ਜਿਹੜੇ ਜਿਵੇਂ ਇੱਥੇ ਲੱਗਦੇ ਹੈਗੇ। ਪਰ ਹੁਣ ਜਿਹੜੇ ਉਹ ਕਹਿੰਦੇ ਵੀ ਸਾਨੂੰ ਉਸ ਚੀਜ਼ ਦਾ ਫਾਇਦਾ ਨਹੀਂ ਹੁੰਦਾ ਕੈਂਡੀਡੇਟ ਨੂੰ, ਉਹਨੂੰ ਤਾਂ ਨਾਲ ਦੀ ਨਾਲ ਫਿਰ ਐਕਸਪੀਰੀਅੰਸ ਵੀ ਪੈਣਾ ਹੁੰਦਾ ਜੇ ਉਸੇ ਫੀਲਡ 'ਚ ਹੀ ਕੰਮ ਕਰੇ ਜਿਹਨੇ ਅੱਗੇ ਵੀ ਜਾ ਕੇ ਫਿਰ ਹਾਂਜੀ ਹਾਂ ਜਿਹੜੀ ਪਰਮਾਨੈਂਟ ਜੋਬ ਲੈਣੀ ਹੁੰਦੀ ਹੈ। ਸੋ ਉਹ ਉਹਨਾਂ ਨੇ ਜਿਹੜੀ ਮੇਰੀ ਗੱਲਬਾਤ ਹੋਈ ਆ ਅੱਜ, ਉਹ ਕਹਿੰਦੇ ਵੀ ਇਹ ਸਾਰਾ ਜਿਹੜਾ ਸਿਲਸਿਲਾ ਸੀਗਾ ਫਿਰ ਅੱਗੇ ਜਦੋਂ ਸੈਂਟਰ ਦੇ ਵਿੱਚ ਇੱਕ ਤਾਂ ਉਹ ਚੀਜ਼ ਫਿਰ ਨਾਲ ਨਾਲ ਜਿਹੜੇ ਸੈਂਟਰ ਕਹੇ ਭਾਈ ਪ੍ਰਾਈਵੇਟ ਸੈਂਟਰ ਬੜੇ ਲਾਲਚੀ ਹੁੰਦੇ ਆ, ਉਹ ਕਹਿੰਦੇ ਵੀ ਜਿਹੜੇ ਸਟੂਡੈਂਟ ਟੀਚਰ ਆ ਇਹਨਾਂ ਨੂੰ ਤੁਸੀਂ ਜਿਹੜਾ ਆਊਟ ਆਫ ਜਿਹੜਾ ਐਜੂਕੇਸ਼ਨ ਤੋਂ ਇਲਾਵਾ ਜਿਹੜੇ ਹੋਰ ਕੰਮ ਜਿਵੇਂ ਸਫਾਈ ਕਰਨ ਦੇ ਹੁੰਦੇ ਸੈਂਟਰ ਦੇ ਵਿੱਚ ਵੀ ਉਹ ਵੀ ਉਹਨਾਂ ਨੂੰ ਲਾ ਤਾ ਵੀ ਪੋਚੇ ਲਾ ਦਿਓ ਜੀ, ਇੱਥੇ ਸਫਾਈ ਕਰ ਦਿਓ ਜੀ। ਅਤੇ ਹੁਣ ਜਿਹੜਾ ਇੰਡੀਆ ਤੋਂ ਬੰਦਾ ਆਇਆ ਅਗਲਾ ਕਹਿੰਦਾ ਮੈਂ ਗ੍ਰੈਜੂਏਟ ਡਿਪਲੋਮਾ ਕਰ ਰਿਹਾ ਇੱਥੇ ਔਕਲੈਂਡ ਦੇ ਵਿੱਚ ਆ ਕੇ, ਅਤੇ ਮੈਨੂੰ ਤਾਂ ਵੀ ਇਹ ਪੋਚੇ ਵਾਲਾ ਕੰਮ ਕਿਹੜੇ ਪਾਸੇ ਲਾ ਤਾ, ਉਹ ਵੀ ਇੱਕ ਟ੍ਰੇਨਿੰਗ ਉਹ ਜਿਹੜੀ ਟੀਚਿੰਗ ਦੀ ਲੈਣ ਜਾ ਰਿਹਾ ਆ। ਹਾਂਜੀ ਹਾਂਜੀ ਹੈ ਨਾ, ਅਤੇ ਉਹਨੂੰ ਲਾ ਉਹਨੂੰ ਕਿਹੜੇ ਕੰਮ ਦਿੱਤਾ, ਇੱਕ ਫਿਰ ਇਹ ਸਟ੍ਰੈਸ ਦਾ ਵੀ ਕਾਰਨ ਹੈਗਾ। ਸੋ ਇਹ ਜਦੋਂ ਇਹ ਉਹਨਾਂ ਨੇ ਇਹ ਚੀਜ਼ ਦੇਖੀ ਚਾਰਾਂ ਕੁੜੀਆਂ ਦੇ ਵਿੱਚੋਂ, ਫਿਰ ਇੱਕ ਤਾਂ ਜਿਹੜੀ ਸਾਊਥ ਇੰਡੀਅਨ ਕੁੜੀ ਸੀਗੀ ਉਹਨੇ ਤਾਂ ਉਹ ਸੇਮ ਡੇ ਕਹਿੰਦੇ ਇੱਕ ਵੀਕ ਦੇ ਵਿੱਚ ਹੀ ਉਹਨੇ ਆਪਣੀ ਜਿਹੜੀ ਫੀਸ ਰਿਫੰਡ ਕਰਵਾਈ ਅਤੇ ਵਾਪਸ ਕਰਵਾਈ ਵੀ, ਕਹਿੰਦੇ ਮੈਨੂੰ ਨਹੀਂ ਇਹ ਵਾਰਾ ਖਾਂਦਾ ਗਾ। ਫਿਰ ਜਿਹੜੀ ਇਹ ਪੰਜਾਬੀ ਕੁੜੀ ਸੀਗੀ ਇਹਨੇ ਫਿਰ ਉਦੋਂ ਕੰਮ ਚੱਲ ਕਰਦੀ ਰਹੀ ਉਹ ਉੱਥੇ ਜਿਵੇਂ ਵੀ ਕਿਵੇਂ ਉਹਨੇ ਕਰਾ ਕੇ, ਅਤੇ ਕੋਰਸ ਵੀ ਦੋ ਤਿੰਨ ਜਿਹੜੇ ਉਹਨਾਂ ਵਿੱਚੋਂ ਜਿਹੜੇ ਪੇਪਰ ਸੀਗੇ ਪਾਸ ਕਰ ਲਏ ਵਧੀਆ। ਪਰ ਇਨ ਬਿਟਵੀਨ ਕੀ ਹੋਇਆ ਕਿ ਫਿਰ ਜਦੋਂ ਲੋਕਡਾਊਨ ਸ਼ੁਰੂ ਹੋ ਗਿਆ, ਲੋਕਡਾਊਨ ਦੇ ਵਿੱਚ ਫਿਰ ਉਹਨੂੰ ਹੋਰ ਕੰਮ ਵੀ ਜਿਹੜਾ ਕਿਤੇ ਕਰਦੀ ਹੋਣੀ ਆਸੇ ਪਾਸੇ, ਉਹ ਵੀ ਕੰਮ ਬੰਦ ਹੋ ਗਿਆ, ਅਤੇ ਘਰ ਫਿਰ ਖਰਚੇ ਕਿਵੇਂ ਚੱਲਣ। ਫਿਰ ਉਹ ਬਹੁਤ ਸਟ੍ਰੈਸ ਦੇ ਵਿੱਚ ਉਹ ਚਲੀ ਗਈ ਕੁੜੀ, ਅਤੇ ਈਵਨ ਉਹਨੂੰ ਫਿਰ ਮੈਡੀਕਲ ਸੈਂਟਰ 'ਚ ਵੀ ਹੈਲਪ ਲੈਣੀ ਪਈ। ਫਿਰ ਉਹ ਜਦੋਂ ਮੈਂਟਲ ਹੈਲਥ ਦੇ ਇੱਥੇ ਤੁਹਾਨੂੰ ਪਤਾ ਹੀ ਹੈ ਜਿਹੜਾ ਉਹਦੀ ਸਪੋਰਟ ਮਿਲਦੀ ਹੈ ਗੌਰਮੈਂਟ ਵੱਲੋਂ, ਉਹ ਫਿਰ ਇੰਨਾ ਸਟ੍ਰੈਸ ਉਹਦਾ ਲੈਵਲ ਵੱਧ ਗਿਆ, ਫਿਰ ਯਾਨੀ ਕਿ ਉਹਨੇ ਫਿਰ ਘਰਦਿਆਂ ਨੇ ਨਾਲ ਸਲਾਹ ਕੀਤੀ ਹੋਣੀ ਹੈ, ਅਤੇ ਉਹ ਕਹਿੰਦੇ ਵੀ ਤੁਸੀਂ ਫਿਰ ਵਾਪਸ ਆ ਲਿਆ। ਫਿਰ ਉਹ ਜਿਹੜੀ ਆਪਣੇ ਜਿਹੜੀ ਬੰਦੇ ਭਾਰਤ ਜਿਹੜੀ ਸਪੈਸ਼ਲ ਫਲਾਈਟਾਂ ਚੱਲੀਆਂ, ਫਿਰ ਉਹਦੇ ਵਿੱਚ ਫਲਾਈਟ ਲੈ ਕੇ ਤਾਂ ਉਹ ਇੱਕ ਵਾਰ ਵਾਪਸ ਚਲੀ ਗਈ, ਉਹਨੇ ਆਪਣੀ ਜਿਹੜੀ ਹੈ ਸਟੱਡੀ ਇੱਕ ਵਾਰ ਹੋਲਡ 'ਤੇ ਪਾਤੀ ਹੈ, ਅਤੇ ਕਾਲਜ ਨੇ ਉਸਨੂੰ ਇਹ ਗੱਲ ਕਹਿ ਤਾ ਵੀ ਤੁਸੀਂ ਅਗਲੇ ਸਾਲ ਫਰਵਰੀ ਮਾਰਚ ਦੇ ਵਿੱਚ ਤੁਸੀਂ ਉਹਨੂੰ ਜਿਹੜਾ ਸਟਾਰਟ ਕਰ ਸਕਦੇ ਹੋ। ਅਤੇ ਸੁਣਾ ਸਾਹਿਬ, ਜਿੱਦਾਂ ਆਪਾਂ ਉਹ ਨੋਰਮਲ ਰੂਪ ਦੇ ਵਿੱਚ ਵੀ ਗੱਲ ਕਰਦੇ ਹੁੰਦੇ ਹਾਂ ਕਿ ਜਿਹੜੀ ਸਭ ਤੋਂ ਵਧੀਆ ਸਟੱਡੀ ਅਰਲੀ ਚਾਈਲਡਹੁੱਡ ਦੀ ਸਟੱਡੀ ਹੈਗੀ ਆ, ਹਾਂਜੀ, ਇਹਦੇ ਵਿੱਚ ਪੱਕੇ ਹੋਣ ਦਾ ਤਰੀਕਾ ਵੀ ਜਿਹੜਾ ਸੌਖਾ ਹੈਗਾ ਆ, ਪਰ ਕੁਛ ਜਿਹੜੀਆਂ ਰਿਕੁਆਇਰਮੈਂਟ ਕਰਨੀ ਚਾਹੁੰਦੀਆਂ, ਪਰ ਜਿਹੜੀਆਂ ਇੱਦਾਂ ਦੀਆਂ ਚੀਜ਼ਾਂ ਹੈਗੀਆਂ ਉਹ ਜ਼ਰੂਰੀ ਵੀ ਹੋ ਸਕਦੀਆਂ, ਕਿਉਂਕਿ ਇੱਕ ਬੱਚਿਆਂ ਦੇ ਨਾਲ ਤੁਸੀਂ ਜਾ ਕੇ ਜਿਹੜੀ ਸਟੱਡੀ ਕਰਨੀ ਹੈਗੀ ਆ। ਹਾਂਜੀ ਬਿਲਕੁਲ, ਤੁਹਾਡੀ ਗੱਲ ਸਹੀ ਹੈ, ਇਹ ਚੀਜ਼ ਜਿਹੜੀਆਂ ਚੀਜ਼ਾਂ ਇਹ ਜਿਹੜਾ ਹੈਗਾ ਬੱਚਿਆਂ ਦੇ ਨਾਲ, ਹਾਂਜੀ ਇਹ ਲਿਟਰੇਸੀ ਨਿਊਮਰੇਸੀ ਦੀ ਫਸਟ ਹੈ, ਕਿਉਂਕਿ ਫਿਰ ਜੇ ਟੀਚਰ ਦੇ ਲਈ ਜੇ ਉਹ ਜਿਹੜੀ ਉਸਦਾ ਉਹ ਲੈਵਲ ਅਚੀਵ ਨਹੀਂ ਹੁੰਦਾ ਟੀਚਰ ਦੇ ਵਿੱਚ ਨਹੀਂ ਉਹ ਕੈਪੇਬਿਲਿਟੀ, ਤਾਂ ਫਿਰ ਉਹ ਕੋਰਸ ਦਾ ਜਿਹੜਾ ਇੱਥੋਂ ਦੀ ਜਿਹੜੀ ਕੁਆਲਿਟੀ ਐਜੂਕੇਸ਼ਨ 'ਤੇ ਵੀ ਕਹਿੰਦੇ ਅਸਰ ਪੈਂਦਾ ਵੀ ਉਹ ਇਸੇ ਕਰਕੇ ਜਿਹੜੀ ਇਹ ਚੀਜ਼ ਲਾਈ ਹੈ। ਪਰ ਜਿਹੜਾ ਸਵਾਲ ਇਹ ਹੈਗਾ ਵੀ ਇਹ ਚੀਜ਼ ਨੂੰ ਜਿਹੜਾ ਸਟੂਡੈਂਟ ਨੂੰ ਪਹਿਲਾਂ ਕਲੀਅਰ ਕਰ ਦੇਣਾ ਚਾਹੀਦਾ ਕਾਲਜ ਵੱਲੋਂ ਵੀ, ਅਤੇ ਖਾਸ ਤੌਰ 'ਤੇ ਜਿਹੜੇ ਉੱਥੇ ਜਿਹੜੇ ਸਾਡੇ ਜਿਹੜੇ ਇਮੀਗ੍ਰੇਸ਼ਨ ਉੱਥੇ ਸਲਾਹਕਾਰ ਬੈਠੇ ਆ ਉਹਨਾਂ ਦਾ ਮੇਰੇ ਖਿਆਲ ਜ਼ਿਆਦਾ ਜਿਹੜਾ ਇਹ ਫਰਜ਼ ਬਣਦਾ। ਅਤੇ ਹੁਣ ਇਸ ਪਰਿਵਾਰ ਕਹਿੰਦਾ ਵੀ ਸਾਨੂੰ ਅਸੀਂ ਦੁਬਾਰਾ ਅਸੀਂ ਆਉਣਾ ਚਾਹੁੰਦੇ ਹਾਂ, ਸਾਡੀ ਸਟੱਡੀ ਹੋਲਡ 'ਤੇ ਪਾਈ ਹੋਈ ਹੈ, ਅਤੇ ਪਰ ਨਾਲ ਦੀ ਨਾਲ ਉਹਨਾਂ ਨੇ ਇਹ ਗੌਰਮੈਂਟ ਨੂੰ ਮੰਗ ਰੱਖੀ ਹੈ ਵੀ ਜਿਵੇਂ ਹੁਣ ਇੱਥੇ ਆਪਣੇ ਵੇਖੋ ਖੇਤਾਂ ਦੇ ਵਿੱਚ ਸਕਿੱਲ ਸ਼ੋਰਟੇਜ ਆ, ਜਿਵੇਂ ਕਹਿ ਲਓ ਵੀ ਘਾਟ ਹੈਗੀ ਕਾਮਿਆਂ ਦੀ, ਗੌਰਮੈਂਟ ਕਹਿ ਰਹੀ ਹੈ ਵਾਰ ਵਾਰ, ਜਿਹੜੇ ਅੱਗੇ ਪਿੱਛੇ ਦੇ ਵੀਜ਼ੇ ਵੀ ਐਕਸਟੈਂਡ ਕਰਾਏ ਆ, ਅਤੇ ਉਹ ਕਹਿੰਦੇ ਵੀ ਜਿਹੜੇ ਸਕਿੱਲ ਸ਼ੋਰਟੇਜ ਲਿਸਟ ਦੇ ਵਿੱਚ ਹੈਗੇ ਆ, ਹੁਣ ਜਿਹੜੇ ਸ਼ੋਰਟ ਟਰਮ ਸਕਿੱਲ ਸ਼ੋਰਟੇਜ ਲਿਸਟ ਦੇ ਵਿੱਚ ਹੈਗਾ ਅਰਲੀ ਚਾਈਲਡਹੁੱਡ, ਵੀ ਇਸ ਤਰ੍ਹਾਂ ਦੇ ਜਿਹੜੇ ਕੋਰਸ ਹੈਗੇ ਆ, ਤਾਂ ਉਹਨਾਂ ਨੂੰ ਥੋੜ੍ਹੀ ਬਹੁਤੀ ਪੋਲਿਸੀ ਚੇਂਜ ਕਰ ਦੇਣ ਵੀ ਜਿਹੜਾ ਉਹਨਾਂ ਦੇ ਸਪਾਊਸ ਆ ਜਾਣ ਨਾਲ, ਅਤੇ ਫਿਰ ਉਹ ਕੰਮ ਕਰ ਸਕਣ ਘੱਟੋ ਘੱਟ, ਐਟਲੀਸਟ ਉਹਨਾਂ ਨੂੰ ਇਹ ਤਾਂ ਕਰਨਾ ਚਾਹੀਦਾ ਨਾ। ਕਹਿਣਾ ਸਾਹਿਬ ਜਿਹੜੇ ਕੁਰਸੀਆਂ ਦੇ ਉੱਤੇ ਬੈਠੇ ਨੇ ਉਹ ਪੋਲਿਸੀ ਜਿਹੜੀ ਘੜਦੇ ਹੈਗੇ ਨੇ ਉਹ ਕਾਰਪੋਰੇਟ ਜਿਹੜੀ ਨਜ਼ਰੀਏ ਤੋਂ ਤਾਂ ਘੜ ਦਿੰਦੇ ਹੈਗੇ, ਪਰ ਜਦੋਂ ਮੂਲ ਰੂਪ ਦੇ ਵਿੱਚ ਥੱਲੇ ਗ੍ਰਾਸ ਰੂਟ ਲੈਵਲ 'ਤੇ ਜਾ ਕੇ ਕੰਮ ਕਰਨਾ ਹੁੰਦਾ ਹੈ ਉਹਦੇ ਉੱਤੇ ਉਹਦਾ ਜਿਹੜਾ ਫਰਕ ਹੈ ਉਹ ਨਹੀਂ ਪੈਂਦਾ ਹੈਗਾ, ਹੈ ਨਾ। ਸਹੀ ਗੱਲ, ਕਿ ਕੋਈ ਇੱਦਾਂ ਦੀ ਪੋਲਿਸੀ ਜਿਹੜੀ ਘੜੀ ਜਾਵੇ ਜਿਹਦੇ ਨਾਲ ਇੱਕ ਪੋਲਿਸੀ ਘੜਨ ਦੇ ਨਾਲ ਤੁਹਾਡੇ ਦੋ ਜਾਂ ਤਿੰਨ ਜਿਹੜੇ ਫੀਲਡ ਹੈਗੇ ਨੇ ਉਹਦੇ ਵਿੱਚ ਕਵਰ ਹੋ ਜਾਣ, ਪਰ ਇੱਦਾਂ ਦੀ ਜਿਹੜੀ ਪੋਲਿਸੀ ਬਹੁਤ ਘੱਟ ਦੇਖਣ ਦੇ ਵਿੱਚ ਮਿਲਦੀ ਹੈਗੀ ਆ। ਪਰ ਹੁਣ ਜਿਹੜੀ ਸਰਕਾਰ ਵੀ ਚੇਂਜ ਹੋਈ ਆ, ਬੀਤੇ ਦਿਨ ਕੁਛ ਰੂਲ ਵੀ ਚੇਂਜ ਹੋਇਆ, ਭਾਵੇਂ ਉਹਦੇ ਵਿੱਚ ਸਰਕਾਰ ਦਾ ਸਿੱਧੇ ਤੌਰ 'ਤੇ ਕੋਈ ਦਖਲ ਨਹੀਂ ਹੋਊਗਾ, ਪਰ ਜਿਹੜਾ ਰੌਲਾ ਇਹ ਪਾਇਆ ਗਿਆ ਕਿ ਸਰਕਾਰ ਨੇ ਆਉਂਦੇ ਸਾਰਾ ਚਲ ਗਈ, ਹਜੇ ਕਿ ਸਰਕਾਰ ਜਿਹੜੀ ਹੈਗੀ ਉਹ ਲਾਗੂ ਮੂਲ ਰੂਪ
ਦੇ ਵਿੱਚ ਉਹਨਾਂ ਨੇ ਚਾਰਜ ਨਹੀਂ ਲੱਤਾ ਹੈਗਾ ਤੇ ਪਰ ਫਿਰ ਵੀ ਆਸ ਰੱਖਣੀ ਬਣਦੀ ਆ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਦੇਖਣ ਨੂੰ ਇਹ ਮਿਲ ਸਕਦਾ ਹੈਗਾ ਵੀ ਕੀ ਚੇਂਜਸ ਆ ਸਕਦੀਆਂ ਪਰ ਇਹਦੇ ਵਿੱਚ ਤਾਰੀ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਆ ਜਿਹੜੇ ਸਾਡੇ ਵੀਰ ਭੈਣ ਭਰਾ ਜਿਹੜੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕਿਤੇ ਵੀ ਦੇਖਦੇ ਹੈਗੇ ਆ ਸਭ ਤੋਂ ਪਹਿਲਾਂ ਜਿਹੜੀ ਹੈਗੀ ਆ ਆਪਦੀ ਜਿਹੜੀ ਸਰਚ ਹੈਗੀ ਆ ਉਹ ਜ਼ਰੂਰ ਕਰਨ ਬਿਲਕੁਲ ਕਿਉਂਕਿ ਸਾਰਾ ਕੁਛ ਜਿਹੜਾ ਹੈਗਾ ਕਿਸੇ ਵੀ ਕਾਲਜ ਦੀ ਕੋਈ ਵੀ ਰਿਕੁਆਇਰਮੈਂਟ ਹੈਗੀ ਆ ਕੁਛ ਵੀ ਹੈਗਾ ਆ ਉਹਨਾਂ ਦੀ ਵੈਬਸਾਈਟ ਦੇ ਉੱਤੇ ਹੈਗਾ ਆ NZQA ਦੀ ਵੈਬਸਾਈਟ 'ਤੇ ਹੈਗਾ ਆ ਇਮੀਗ੍ਰੇਸ਼ਨ ਦੀ ਵੈਬਸਾਈਟ ਦੇ ਉੱਤੇ ਜਿਹੜੇ ਇੰਸਟੀਟਿਊਟ ਜਿਹੜੇ ਨੰਬਰ ਸਹੀਆਂ ਦੇ ਵਿੱਚ ਹੈਗੇ ਨੇ ਉਹਨਾਂ ਦਾ ਸਾਰਾ ਕੰਟੈਕਟ ਟਹਿਣਾ ਸਾਹਿਬ ਉੱਥੇ ਦਿੱਤਾ ਹੁੰਦਾ ਆ ਜੇ ਤੁਸੀਂ ਕਿਸੇ ਕਾਲਜ ਨੂੰ ਇਮੀਗ੍ਰੇਸ਼ਨ ਦੀ ਵੈਬਸਾਈਟ ਤੋਂ ਦੇਖ ਕੇ ਸਿਲੈਕਟ ਕਰਦੇ ਹੋ ਉਹਦੀਆਂ ਕੀ ਰਿਕੁਆਇਰਮੈਂਟ ਹੈਗੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਮੰਗੂਗਾ ਪਹਿਲਾਂ ਫੀਸ ਭਰਾਉਣਗੇ ਬਾਅਦ 'ਚ ਕੀ ਰਿਕੁਆਇਰਮੈਂਟ ਹੋਊਗੀ ਉਹ ਜਿਹੜੀ ਆ ਸਿੱਧੀ ਆਪਣੀ ਆਪਣੇ ਦਿਮਾਗ ਦੇ ਵਿੱਚ ਸਿਰਫ ਇੱਕ ਇੱਕ ਜਿਹੜਾ ਮੁੱਖ ਮੁੱਦਾ ਹੁੰਦਾ ਆ ਉਹ ਬਸ ਇੱਥੇ ਪਹੁੰਚਣ ਦਾ ਹੁੰਦਾ ਆ ਜਦਕਿ ਮੁੱਖ ਮੁੱਦਾ ਇਹ ਹੋਣਾ ਚਾਹੀਦਾ ਕਿ ਸਰਚ ਕਰਕੇ ਵਧੀਆ ਤਰੀਕੇ ਦੇ ਨਾਲ ਪ੍ਰੋਪਰ ਤਰੀਕੇ ਦੇ ਨਾਲ ਜਿਹੜੇ ਹੈਗੇ ਨੇ ਉਹ ਇੱਥੇ ਆਉਣ ਦਾ ਜਿਹੜਾ ਤਰੀਕਾ ਆ ਉਹ ਅਪਣਾਇਆ ਜਾਵੇ ਸਹੀ ਗੱਲ ਆਉਣ ਦਾ ਤਰੀਕਾ ਹੁੰਦਾ ਉਹੀ ਆ ਕਿਉਂਕਿ ਕਈ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਜਿਹੜੇ ਉੱਥੇ ਬੈਠੇ ਜਿਹੜੇ ਇਮੀਗ੍ਰੇਸ਼ਨ ਦੇ ਜਿਹੜੇ ਏਜੰਟ ਹੈਗੇ ਨੇ ਹਾਂਜੀ ਉਹ ਗੋਲ ਮੋੜ ਕਰਕੇ ਆਪਣੇ ਪੈਸੇ ਬਣਾ ਕੇ ਉਹ ਜਾਂਦੇ ਨੇ ਤੇ ਬੰਦੇ ਨੂੰ ਜਿਹੜੀ ਨੌਲੇਜ ਆ ਉਹ ਪਤਾ ਹੀ ਲੱਗਦਾ ਹੁਣ ਉੱਥੇ ਬੈਠੇ ਤਾਂ ਕਹਿੰਦੇ ਆ ਬਈ ਅਸੀਂ ਉੱਚ ਸਿੱਖਿਆ ਪ੍ਰਾਪਤ ਕਰਨ ਵਾਸਤੇ ਔਕਲੈਂਡ ਸਿਟੀ ਦੇ ਵਿੱਚ ਜਾ ਰਹੇ ਹਾਂ ਜਦੋਂ ਇੱਥੇ ਆਉਂਦੇ ਹਾਂ ਉਹ ਜਦੋਂ ਯੂਨੀਵਰਸਿਟੀ ਦੇ ਕੋਲ ਦੀ ਨਿਕਲਦਾ ਹੀ ਆ ਯੂਨੀਵਰਸਿਟੀ ਬੜੀ ਸੋਹਣੀ ਆ ਉਹ ਅੱਗੇ ਪਤਾ ਲੱਗਦਾ ਵੀ ਦੁਕਾਨ ਦੇ ਵਿੱਚ ਥੱਲੇ ਗਰੋਸਰੀ ਸਟੋਰ ਚੱਲ ਰਿਹਾ ਹੁੰਦਾ ਉੱਤੇ ਜਿਹੜਾ ਹੈਗਾ ਆ ਉਹ ਕਾਲਜ ਚੱਲ ਰਿਹਾ ਚਾਰ ਕਮਰਿਆਂ ਦੇ ਵਿੱਚ ਤੇ ਉਹ ਜੇ ਪ੍ਰੋਪਰ ਜਿਹੜੀ ਸਰਚ ਕੀਤੀ ਹੋਵੇ ਤਾਂ ਉਹਦੇ ਨਾਲ ਬਹੁਤ ਜਿਹੜਾ ਆ ਜਿਹੜੀਆਂ ਸਮੱਸਿਆਵਾਂ ਹੈਗੀਆਂ ਨੇ ਉਹ ਪਹਿਲ ਰੂਪ ਦੇ ਵਿੱਚ ਉਹ ਹੱਲ ਹੋ ਸਕਦੀਆਂ ਸੋ ਇਹਦੇ ਨਾਲ ਇੱਕ ਫਿਰ ਆਪਾਂ ਨੂੰ ਨੁਕਤਾ ਇੱਕ ਹੋਰ ਵੀ ਸਾਂਝਾ ਕਰਨਾ ਬਣਦਾ ਸੋ ਖਾਸ ਤੌਰ 'ਤੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਦਰਸ਼ਕ ਬੈਠੇ ਸੀ ਉਹਨਾਂ ਨੂੰ ਵੀ ਸੰਬੋਧਨ ਹੋ ਕੇ ਗੱਲ ਕਹਿੰਦੇ ਹਾਂ ਕਿ ਜਿਹੜਾ ਇਹਦੇ ਵਿੱਚ ਨਾ ਜਸਪ੍ਰੀਤ ਜੀ ਬੜਾ ਭੁਲੇਖਾ ਹੈ ਜਿਹੜੇ ਅਰਲੀ ਚਾਈਲਡਹੁੱਡ ਕੋਰਸ ਜਿਹੜੇ ਕੋਰਸ ਹੈਗੇ ਆ ਉਹਦੇ ਵਿੱਚ ਹੁਣ ਜਿਵੇਂ ਲੈਵਲ 7 ਹੈ ਕੋਰਸ ਅਤੇ ਇੱਕ ਹੈਗਾ ਲੈਵਲ 8 ਸੋ ਇਹ ਬੜਾ ਧਿਆਨ ਰੱਖਣ ਵਾਲਾ ਨੁਕਤਾ ਹੈਗਾ ਜਿੱਥੇ ਖਾਸ ਤੌਰ 'ਤੇ ਆਮ ਤੌਰ 'ਤੇ ਸਾਡੇ ਜਿਹੜੇ ਜਦੋਂ ਪੰਜਾਬ 'ਚ ਬੈਠੇ ਜਿਹੜੇ ਕੈਂਡੀਡੇਟ ਆ ਜਾਂ ਜਿਹਨਾਂ ਨੇ ਐਡਮਿਸ਼ਨ ਲੈਣੀ ਆ ਉਹਨਾਂ ਨੂੰ ਭੁਲੇਖਾ ਲੱਗ ਜਾਂਦਾ ਜਾਂ ਜਿਹੜੇ ਉੱਥੇ ਸਲਾਹਕਾਰ ਹੈਗੇ ਆ ਉਹ ਇਸ ਢੰਗ ਦੇ ਨਾਲ ਗੱਲ ਕਰਦੇ ਕਿ ਅਗਲਾ ਕਹਿੰਦਾ ਉੱਥੇ ਥੋੜ੍ਹੀ ਜਿਹੀ ਬੰਦਾ ਮਾਰ ਖਾ ਜਾਂਦਾ ਸੋ ਉਹਦੇ ਵਿੱਚ ਇਹ ਹੈਗਾ ਕਿ ਜਿਵੇਂ ਹੁਣ ਜਿਵੇਂ ਲੈਵਲ 7 ਹੈਗਾ ਇਹ ਕੋਰਸ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੇ ਇਸ ਵੇਲੇ ਸਭ ਤੋਂ ਸੇਫ ਕੋਰਸ ਹੈਗਾ ਤਾਂ ਜਿਹੜਾ ਅਰਲੀ ਚਾਈਲਡਹੁੱਡ ਦਾ ਲੈਵਲ 7 ਹੈ ਅਤੇ ਇਹ ਕੋਰਸ 1 ਸਾਲ ਦਾ ਪਾਸ ਕਰਨ ਤੋਂ ਬਾਅਦ ਸਿੱਧੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ 7 ਮਿੰਟ ਜਿਹੜੇ ਪਹਿਲਾਂ ਕਲੀਅਰ ਹੁੰਦੇ ਆ ਉਹਨਾਂ ਦੇ ਅਤੇ ਉਸ ਤੋਂ ਬਾਅਦ ਜਿਹੜਾ ਜਿਵੇਂ ਸਕਿੱਲਡ ਮਾਈਗ੍ਰੈਂਟ ਕੈਟਾਗਰੀ ਦੇ ਵਿੱਚ ਬੰਦਾ ਪੀ ਆਰ ਪਾ ਦਿੰਦਾ ਅਤੇ ਪੀ ਆਰ ਇੱਥੇ ਸੌਖੀ ਹੋ ਜਾਂਦੀ ਹੈ ਸੋ ਦੂਜੇ ਪਾਸੇ ਨਾਲ ਜਿਹੜਾ ਕੋਰਸ ਹੋਰ ਹਜੇ ਇਹਦਾ ਕੋਰਸ ਤਾਂ ਹਜੇ ਮੈਂ ਇੱਕ ਹੋਰ ਡਰਾਬੈਕ ਵੀ ਦੱਸ ਦਿਆਂ ਡਰਾਬੈਕ ਇਹਦਾ ਇਹ ਹੈਗਾ ਥੋੜ੍ਹੇ ਚਿਰ ਲਈ ਉਹਦੇ ਵਿੱਚ ਇਹ ਹੈਗਾ ਕਿ ਨਾਲ ਦੀ ਨਾਲ ਇੰਡੀਆ ਤੋਂ ਸਪਾਊਸ ਜਿਹੜਾ ਹੈਗਾ ਉਹਨੂੰ ਵਰਕ ਪਰਮਿਟ ਨਹੀਂ ਮਿਲਦਾ ਗਾ ਸੋ ਇੱਕ ਵਾਰ ਥੋੜ੍ਹਾ ਜਿਹਾ ਇੱਥੇ ਬੰਦੇ ਨੂੰ ਝਟਕਾ ਲੱਗਦਾ ਅਤੇ ਫਿਰ ਨਾਲ ਦੀ ਨਾਲ ਉਦੋਂ ਫਿਰ ਪਤਾ ਕੀ ਕਰਦੇ ਇੱਥੇ ਥੋੜ੍ਹੇ ਜਿਹੇ ਕਈ ਵਾਰ ਮਾਰ ਖਾ ਜਾਂਦੇ ਬੰਦੇ ਉਹ ਕਹਿੰਦੇ ਫਿਰ ਇਕੱਲਾ ਕਹਿੰਦੇ ਲੈਵਲ 8 ਵਾਲਾ ਲੈ ਲਓ ਉਹਦੇ ਨਾਲ ਸਪਾਊਸ ਨੂੰ ਨਾਲ ਵਰਕ ਪਰਮਿਟ ਮਿਲ ਜਾਣਾ ਅਤੇ ਬਾਕੀ ਜੋ ਹੋਊਗਾ ਉੱਥੇ ਜਾ ਕੇ ਦੇਖਾਂਗੇ ਇੱਥੇ ਇਹ ਬਹੁਤ ਵੱਡੀ ਸਾਡੀ ਜਿਹੜੀ ਕਹਿ ਲਓ ਧਿਆਨ ਰੱਖਣ ਵਾਲੀ ਗੱਲ ਹੈ ਕਿਉਂਕਿ ਜਿਹੜਾ ਲੈਵਲ 8 ਵਾਲਾ ਕੋਰਸ ਹੈ ਅਰਲੀ ਚਾਈਲਡਹੁੱਡ ਦੇ ਵਿੱਚ ਉਹ ਜਿਹੜਾ ਹੈ ਇੱਕ ਮੈਨੇਜਮੈਂਟ ਲੈਵਲ ਦੀ ਪੋਸਟ ਚਾਹੀਦੀ ਹੈ ਉਹ ਕੋਰਸ ਪਾਸ ਕਰਨ ਤੋਂ ਬਾਅਦ ਓਵਰ ਕੁਆਲੀਫਾਈ ਹੋ ਜਾਂਦੇ ਆ ਓਵਰ ਕੁਆਲੀਫਾਈ ਨਹੀਂ ਕਿਉਂਕਿ ਹੁਣ ਜਿਹੜੇ ਬੰਦਾ ਸੈਂਟਰ ਚਲਾ ਰਿਹਾ ਮੰਨ ਲਓ ਮਾਲਕ ਹੈ ਉਹ ਕਹੂਗਾ ਉਹਦੇ 2 ਸੈਂਟਰ ਆ ਉਹ ਚਾਹੂਗਾ ਵੀ ਮੈਨੂੰ ਪਹਿਲਾਂ ਜਿਹੜਾ ਇੱਥੋਂ ਦਾ ਜਿਹੜਾ ਜਿਹਦੇ ਕੋਲ ਕੀ ਵੀ ਐਕਸਪੀਰੀਅੰਸ ਹੈ ਨਿਊਜ਼ੀਲੈਂਡ ਦਾ ਤਜਰਬਾ ਹੈਗਾ ਉਹ ਬੰਦਾ ਮੈਨੂੰ ਮਿਲੇ ਫਿਰ ਮੈਂ ਉਹਨੂੰ ਪੋਸਟ ਦੇਊਂਗਾ ਨਾ ਕਿ ਸਿੱਧਾ ਜਿਹੜਾ ਬੰਦਾ ਪਾਸ ਕਰਕੇ ਲੈਵਲ 8 ਆ ਗਿਆ ਅਤੇ ਉਹਨੂੰ ਮੈਨੇਜਰ ਦੀ ਪੋਸਟ ਇੱਥੇ ਨਹੀਂ ਮਿਲਦੀ ਗੀ ਆਪਾਂ ਨੂੰ ਪਤਾ ਸਾਰਾ ਬਹੁਤ ਚਿਰ ਦਾ ਆਪਾਂ ਹੰਢਾ ਰਹੇ ਹਾਂ ਸੋ ਉਸ ਤੋਂ ਬਾਅਦ ਫਿਰ ਉਹਨਾਂ ਦੇ ਕਿਤੇ 100 ਦੇ ਵਿੱਚ ਇੱਕ ਹੋ ਸਕਦਾ 100 ਚੋਂ ਇੱਕ ਹੋ ਸਕਦਾ ਜਿਹੜੀ ਕੋਈ ਬਾਹਲੀ ਕਿਸਮਤ ਦਾ ਕੇਸ ਪੜ ਕੇ ਆਇਆ ਹਾਂਜੀ MBBA ਹੋ ਸਕਦਾ ਜਿਹੜੀ ਹੈਗੀ ਉਹ ਲੰਡਨ ਤੋਂ ਕਰਕੇ ਆਇਆ ਤੇ ਉਹਨੂੰ ਜਿਹੜੇ ਦਿੰਦੇ ਉਹ ਹੋ ਸਕਦਾ ਕੋਈ ਸਿਨੈਰੀਓ ਜਿਹੜਾ ਪੰਜਾਬ ਦੇ ਵਿੱਚ ਇੱਕ ਇਹ 100 ਦੇ ਪਿੱਛੇ ਇੱਕ ਹੀ ਹੋ 100 ਦੇ ਵਿੱਚੋਂ ਇੱਕ ਆਪਾਂ ਮੰਨ ਸਕਦੇ ਹਾਂ ਜੇ ਕਹਿ ਸਕਦੇ ਹਾਂ ਪਰ ਬਹੁਤ ਇਹ ਚੀਜ਼ ਹਾਰਡ ਹੈਗੀ ਹੈ ਸੋ ਇੱਥੇ ਦਰਸ਼ਕਾਂ ਨੂੰ ਅਸੀਂ ਇੱਕ ਵਾਰ ਫਿਰ ਕਲੀਅਰ ਕਰ ਦਈਏ ਕਿ ਜਿਹੜਾ ਲੈਵਲ 7 ਗ੍ਰੈਜੂਏਟ ਡਿਪਲੋਮਾ ਅਰਲੀ ਚਾਈਲਡਹੁੱਡ ਦੇ ਵਿੱਚ ਉਹਦਾ ਹੀ ਜ਼ਿਆਦਾ ਸਕੋਪ ਹੈ ਕਿਉਂਕਿ ਉਸ ਪਾਸ ਕਰਨ ਤੋਂ ਬਾਅਦ ਰਜਿਸਟ੍ਰੇਸ਼ਨ ਹੈ ਅਤੇ ਤੁਸੀਂ ਸਕਿੱਲਡ ਮਾਈਗ੍ਰੈਂਟ ਕੈਟੇਗਰੀ ਤਹਿਤ ਅਪਲਾਈ ਕਰ ਸਕਦੇ ਹੋ ਸੋ ਇਸ ਸਾਡੀ ਖਾਸ ਤੌਰ 'ਤੇ ਜਿਹੜਾ ਲੈਵਲ 8 ਵਾਲਾ ਉਸ ਤੋਂ ਥੋੜ੍ਹਾ ਜਿਹਾ ਰੀਕਨਸੀਡਰ ਕਰਿਓ ਜਿਹਨਾਂ ਨੇ ਲੈ ਵੀ ਲਿਆ ਅਤੇ ਜਾਂ ਲੈਣਾ ਚਾਹੁੰਦੇ ਆ ਸੋ ਲੈਵਲ 7 ਨੂੰ ਪ੍ਰੈਫਰੈਂਸ ਦੇਣੀ ਬਣਦੀ ਹੈ ਸੋ ਇਹਦੇ ਨਾਲ ਹੁਣ ਇੱਕ ਹੋਰ ਗੱਲ ਕਰੀਏ ਨਿਊਜ਼ੀਲੈਂਡ ਦੇ ਵਿੱਚ ਅੱਜ ਕੱਲ੍ਹ ਖਬਰ ਚੱਲ ਰਹੀ ਹੈਗੀ ਆ ਹਾਲੀਵੁੱਡ ਸਟਾਰ ਦੇ ਨਾਲ ਹਾਂਜੀ
ਕੀ ਮਸਲਾ ਹੈਗਾ ਉਹ ਵੀ ਇਮੀਗ੍ਰੇਸ਼ਨ ਦੇ ਨਾਲ ਹੀ ਜੁੜਿਆ ਹੋਇਆ। ਜੇਕਰ ਕੋਈ ਮਹੱਤਰ ਜੇ ਆਪਾਂ ਪੰਜਾਬੀ ਦੀ ਗੱਲ ਕਰੀਏ ਤਾਂ ਮਹੱਤਰ ਦੀ ਜਿਹੜੀ ਗੱਲ ਆ ਉਹ ਨਹੀਂ ਸੁਣੀ ਜਾਂਦੀ, ਪਰ ਹਾਲੀਵੁੱਡ ਸਟਾਰ ਜਿਹੜੇ ਹੈਗੇ ਨੇ ਅਮਰੀਕਾ ਤੋਂ ਚੱਲ ਕੇ ਆਏ ਨੇ ਹਨਾ, ਤੇ ਸਰਕਾਰਾਂ ਨੂੰ ਚਲੋ ਹੁੰਦਾ ਹੀ ਆ ਕਿ ਪੈਸਾ ਜਿਹੜਾ ਹੈਗਾ ਆ ਇੱਥੇ ਆਊਗਾ ਭਾਵੇਂ ਉਹ ਕਿਸੇ ਵੀ ਮੁਲਕ ਤੋਂ ਆਉਣ ਹਨਾ, ਤੇ ਉਹਦੇ ਨਾਲ ਜੁੜਿਆ ਇੱਕ ਮਾਮਲਾ ਹੈਗਾ ਆ ਕਿ ਉਹ ਆਪਣੇ ਕੁਛ ਜਿਹੜੇ ਨਾਲ ਬੱਚੇ ਸਾਂਭਣ ਵਾਸਤੇ ਤੇ ਹੋਰ ਜਿਹੜਾ ਹੈਗਾ ਕਰਨ ਵਾਸਤੇ ਜਿਹੜਾ ਆ ਉਹਨੂੰ ਲਿਆਉਣ ਵਾਸਤੇ ਜਿਹੜੀ ਜੱਦੋਜਹਿਦ ਕੀਤੀ ਸੀਗੀ ਤੇ ਉਹ ਹੁਣ ਸੁਰੱਖਿਆ ਦੇ ਵਿੱਚ ਹੈਗੀ ਆ ਖਬਰ, ਉਹਦੇ ਬਾਰੇ ਜ਼ਰੂਰ ਜਿਹੜੀ ਜਾਣਕਾਰੀ ਪਾਓ। ਜਸਟ ਜੀ, ਉਹ ਮਾਮਲਾ ਇਹ ਹੈਗਾ ਕਿ ਜਿਵੇਂ ਕਹਿੰਦੇ ਤਕੜੇ ਦਾ 70-100 ਹੁੰਦਾ, ਉਹ ਮਾਮਲਾ ਕੋਈ ਇਸ ਤਰ੍ਹਾਂ ਦਾ ਲੱਗਦਾ ਵੀ ਇਹ ਮਾਮਲਾ ਜਿਹੜਾ ਹਾਲੀਵੁੱਡ ਐਕਟਰੈਸ ਹੈ ਇੱਥੇ ਕ੍ਰਿਸਟੀਨ ਡੋਨਸਟ ਕਰਕੇ ਜਿਹੜਾ ਨਾਂ, ਸੋ ਉਹਨਾਂ ਦਾ ਨਾ ਇੱਥੇ ਕੋਈ ਪ੍ਰੋਜੈਕਟ ਸੀਗਾ, ਫਿਲਮ ਚੱਲ ਰਹੀ ਸੀਗੀ, ਅਤੇ ਜਦੋਂ ਲੋਕਡਾਊਨ ਦੇ ਵਿੱਚ ਇੱਥੇ ਸਾਰਾ ਤੁਹਾਨੂੰ ਪਤਾ ਇੱਕ ਵਾਰ ਸਾਰਾ ਲੋਕਡਾਊਨ ਹੋ ਗਿਆ ਸੀਗਾ, ਲੋਕਡਾਊਨ ਦੇ ਵਿੱਚ ਹੀ ਉਹ ਟੀਮ ਆਈ ਸੀ, ਟੀਮ ਆਈ ਸੀ, ਅਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਇੱਕ ਵਾਰ ਫਿਰ ਵਾਪਸ ਚਲੇ ਗਈ ਅਤੇ ਫਿਰ ਜਦੋਂ ਵਾਪਸ ਜਦੋਂ ਉਹਨਾਂ ਨੇ ਆਉਣਾ ਸੀਗਾ ਤਾਂ ਕੀ ਹੈਗਾ ਕਿ ਇਹ ਜਿਹੜਾ ਮਾਮਲਾ ਹੁਣ ਜੱਗ ਜ਼ਹਿਰ ਤਾਂ ਹੋਇਆ ਕਿਉਂਕਿ ਇਹ ਹੈ ਲੋਕਡਾਊਨ ਵੇਲੇ ਦਾ। ਹੁਣ ਜਿਹੜਾ ਇੱਕ ਮੀਡੀਆ ਅਦਾਰੇ ਨੇ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਐਕਟ ਜਿਵੇਂ ਆਪਣੇ ਇੰਡੀਆ ਦੇ ਵਿੱਚ ਹੈਗਾ ਆਫੀਸ਼ੀਅਲ ਇਨਫੋਰਮੇਸ਼ਨ ਐਕਟ ਨਿਊਜ਼ੀਲੈਂਡ ਦਾ, ਉਹਦੇ ਤਹਿਤ ਹਾਂਜੀ ਉਹਦੇ ਤਹਿਤ ਸੂਚਨਾ ਪਾਈ ਸੀ ਅਤੇ ਹੁਣ ਜਿਹੜੀ ਜੋ ਜਾਣਕਾਰੀ ਸਾਹਮਣੇ ਆਈ ਹੈ ਸੋ ਉਹਦੇ ਵਿੱਚ ਇਹ ਗੱਲ ਇਹਨਾਂ ਨੇ ਮੰਨੀ ਹੈ ਆਪਣੇ ਜਿਹੜੀ ਮਿਨਿਸਟਰੀ ਆਫ ਜਿਹੜੀ ਇਨੋਵੇਸ਼ਨ ਬਿਜ਼ਨਸ ਇਨੋਵੇਸ਼ਨ ਹਾਂਜੀ MBI ਦਾ, ਸੋ ਉਹ ਕਹਿੰਦੇ ਵੀ ਹਾਂ ਇਹ ਗੱਲ ਹੋਈ ਹੈ ਕਿ ਜਿਹੜਾ ਉਹਨਾਂ ਦੇ ਨਾਲ ਜਿਹੜੀ ਹੈ ਆਪਣੇ ਹਾਲੀਵੁੱਡ ਐਕਟਰੈਸ ਸੀਗੀ ਉਹਦੇ ਨਾਲ ਜਿਹੜੀ ਨੈਣੀ ਸੀਗੀ ਉਹਨੂੰ ਅਸੀਂ ਜਿਹੜਾ ਅਸੈਂਸ਼ੀਅਲ ਵਰਕਰ ਦੇ ਤੌਰ 'ਤੇ ਜਿਹੜਾ ਕੰਸੀਡਰ ਕੀਤਾ ਗਿਆ ਸੀਗਾ। ਸੋ ਉਹ ਤੁਸੀਂ ਦੇਖੋ ਵੀ ਉਸ ਵੇਲੇ ਬਹੁਤ ਸਾਰੇ ਲੋਕ ਆਪਣੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਫਸੇ ਸੀਗੇ ਮੁੰਡੇ ਕੁੜੀਆਂ ਜਿਹੜੇ ਚਾਹੁੰਦੇ ਸੀ ਵੀ ਸਾਡਾ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਸਾਨੂੰ ਇਸ ਕੈਟੇਗਰੀ ਦੇ ਵਿੱਚ ਕੰਸੀਡਰ ਕਰੋ, ਅਸੀਂ ਆਉਣਾ ਚਾਹੁੰਦੇ ਸਾਡੀਆਂ ਜੋਬਾਂ ਬਚ ਜਾਣ, ਪਰ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਮੇਰੇ ਖਿਆਲ ਪਤਾ ਨਹੀਂ ਕਿੰਨਿਆਂ ਕੁ ਨੂੰ ਮਿਲਿਆ ਹੋਣਾ, ਪਰ ਬਹੁਤ ਜ਼ਿਆਦਾਤਰ ਜਿਹੜੇ ਬੰਦੇ ਆਪਣੇ ਹਜੇ ਵੀ ਸਟਿਲ ਹਜੇ ਫਸੇ ਬੈਠੇ ਆ, ਜਿਹੜੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਨੇ ਉਹ ਲੋਕ ਹਜੇ ਫਸੇ ਹੋਏ ਨੇ। ਐਸੈਂਸ਼ਲ ਸਕਿੱਲ ਜਿਹੜੀ 1500 ਦੇ ਵਿੱਚ ਉਹਨਾਂ ਨੇ ਜਿਹੜੀਆਂ ਅਰਜ਼ੀਆਂ ਸੀਗੀਆਂ ਟਹਿਣਾ ਸਾਹਿਬ ਉਹਨਾਂ ਦੇ ਵਿੱਚੋਂ ਕੁਛ ਕੁ ਜਿਹੜਾ ਉਹਨੂੰ ਸਿਲੈਕਟ ਕੀਤਾ ਸੀਗਾ। ਹਾਂਜੀ, ਤੇ ਇਸ ਕੇਸ ਦੇ ਵਿੱਚ ਫਿਰ ਸਿੱਧਾ ਹੀ ਜਿਹੜਾ ਨੈਨੀ ਨੂੰ ਜਿਹੜਾ ਉਹ ਦਿੱਤਾ ਗਿਆ। ਹਾਂ ਇਹ ਗੱਲ ਉਹਨਾਂ ਨੇ ਕਲੀਅਰ ਕਰ ਲਈ ਹੈ, ਮੇਰੀ ਮਿਨਿਸਟਰੀ ਨੇ ਇਹ ਗੱਲ ਅੱਜ ਜੋ ਰਿਪੋਰਟ ਹੈ ਉਹਦੇ ਮੁਤਾਬਕ ਕਹਿਤਾ ਵੀ ਅਸੀਂ ਹਾਂ ਉਹਨੂੰ ਇੱਥੇ ਆਉਣ ਦੀ ਆਗਿਆ ਦਿੱਤੀ ਸੀਗੀ, ਹਾਲਾਂਕਿ ਜਿਹੜੇ ਬਹੁਤ ਸਾਰੇ ਸਾਡੇ ਜਿਹੜੇ ਪੰਜਾਬੀ ਭੈਣ ਭਰਾ ਉੱਥੇ ਫਸੇ ਬੈਠੇ ਉਹ ਹਜੇ ਵੀ ਸਟਿਲ ਉੱਥੇ ਫਸੇ ਬੈਠੇ ਆ। ਫਿਰ ਤਾਂ ਕਹਿਣਾ ਸਾਹਿਬ ਇਹ ਇੱਦਾਂ ਨਹੀਂ ਲੱਗਦਾ ਹੈਗਾ ਵੀ ਜੇ ਮੰਨ ਲਓ ਕੋਈ ਆਪਣੇ ਪਿੰਡਾਂ ਪੰਜਾਬ ਤੋਂ ਕੋਈ ਵੱਡੇ ਪੱਧਰ ਦਾ ਕੋਈ ਆਗੂ ਜਾਂ ਕੋਈ ਲੋਕ ਆਉਂਦੇ ਹੈਗੇ ਆ ਹਨਾ, ਜੇ ਕਹਿਣਾ ਬਈ ਮੈਂ ਤਾਂ ਆਪਣਾ ਸੀਰੀ ਲੈ ਕੇ ਜਾਣਾ ਹਾਂਜੀ ਹਨਾ, ਹਾਂਜੀ ਤੇ ਉਹ ਫਿਰ ਉਹ ਲਿਜਾ ਸਕਦਾ ਹਨਾ, ਫਿਰ ਉਹ ਤਾਂ ਸਾਰਿਆਂ ਨੂੰ ਫਿਰ ਬਰਾਬਰ ਦਾ ਹੱਕ ਹੋਣਾ ਚਾਹੀਦਾ ਜੇ ਤੁਸੀਂ ਕਹਿੰਦੇ ਬਈ ਸਾਰਿਆਂ ਦੇ ਅਧਿਕਾਰ ਬਰਾਬਰ ਹੈਗੇ ਨੇ ਤਾਂ ਕੱਲ ਨੂੰ ਫਿਰ ਕੋਈ ਵੀ ਦਊਗਾ ਵੀ ਮੈਂ ਮੱਘਰ ਸਿੰਘ ਨੂੰ ਜਾਂ ਨਾਲ ਲੈ ਕੇ ਆਉਣਾ ਫਲਾਣੇ ਨੂੰ ਜਿਹੜਾ ਨਾਲ ਲੈ ਕੇ ਜਾਣਾ ਬਾਈ, ਮੈਂ ਤਾਂ ਫਿਰ ਗੋਡੀ ਗੋਡੀ ਕਰਨੀ ਹੁੰਦੀ ਖੇਤਾਂ ਦੇ ਵਿੱਚ ਹੋਰ ਚਾਹ ਚੂਡੂ ਦੇ ਵਿੱਚ ਲੈ ਕੇ ਜਾਣ ਵਾਸਤੇ। ਪਰ ਜਿਹੜਾ ਦੇਖੋ ਜਿੱਥੇ ਸਰਕਾਰਾਂ ਨੂੰ ਭਾਵੇਂ ਕੋਈ ਵੀ ਸਰਕਾਰ ਆ ਟਹਿਣਾ ਸਾਹਿਬ ਜਿੱਥੇ ਸਰਕਾਰਾਂ ਨੂੰ ਪੈਸਾ ਆਉਂਦਾ ਹੈਗਾ ਆ ਉਹ ਉਹਨੂੰ ਉਹ ਬਾਈਪਾਸ ਕਰਕੇ ਦੂਜੇ ਪਾਸੇ ਲੈ ਜਾਂਦੇ ਹੈਗੇ ਆ, ਤੇ ਜਿਹੜੀ ਆਪਣੇ ਹਿਸਾਬ ਨਾਲ ਉਹ ਕਰਦੇ ਨੇ ਮਾੜੇ ਬੰਦੇ ਨੂੰ ਤਾਂ ਉਹ ਮਿੰਟੋ ਮਿੰਟੀ ਜਿਹੜਾ ਡਿਪੋਰਟ ਕਰਕੇ ਗੱਲ ਨਿਬੇੜਦੇ ਹੈਗੇ ਆ। ਨਿਊਜ਼ੀਲੈਂਡ ਦੇ ਵਿੱਚ ਟਹਿਣਾ ਸਾਹਿਬ ਵੋਟਾਂ ਹੋ ਗਈਆਂ ਹੈਗੀਆਂ ਆ, ਬੀਤੇ ਦਿਨ ਦੇ ਜਿਹੜੇ ਜੋੜ ਤੋੜ ਜਿਹੜੇ ਆ ਉਹ ਤਾਂ ਚਲੋ ਲੱਗਣੇ ਨਹੀਂ ਹੈਗੇ, ਪਰ ਫਿਰ ਵੀ ਕੋਈ ਬਾਹਰੋਂ ਮੁੰਡੀ ਮਾਰਨ ਨੂੰ ਫਿਰਦਾ, ਕੋਈ ਕਿਸੇ ਨੂੰ ਖਿੱਚਣ ਨੂੰ ਫਿਰਦਾ ਆ, ਤਾਂ ਉਹਦੇ ਉੱਤੇ ਥੋੜ੍ਹੀ ਜਿਹੀ ਆਪਾਂ ਗੱਲ ਕਰੀਏ। ਟਹਿਣਾ ਸਾਹਿਬ ਬੀਤੇ ਦਿਨ ਹੀ ਜਿਹੜੀਆਂ ਵੱਖ ਵੱਖ ਪਾਰਟੀਆਂ ਹੈਗੀਆਂ ਆ ਉਹ ਨਿਊਜ਼ੀਲੈਂਡ ਪਾਰਲੀਮੈਂਟ ਦੇ ਵਿੱਚ ਜਿਹੜੀਆਂ ਜੁੜੀਆਂ ਉਹਨਾਂ ਨੇ ਜਿਹੜੀ ਆਪਣੇ ਨਵੇਂ MP ਹੈਗੇ ਨੇ ਉਹਨਾਂ ਨੂੰ ਜਿਹੜਾ ਹੈਗਾ ਆ ਆਓ ਭਗਤ ਕੀਤੀ ਹੈ ਕੀਤੀ ਬੀਤੇ ਦਿਨ ਨਿਊਜ਼ੀਲੈਂਡ ਦੀ ਲੇਬਰ ਪਾਰਟੀ ਜਿਹੜੀ ਜਸਿੰਡਾ ਆਰਡਨ ਦੀ ਪਾਰਟੀ ਹੈਗੀ ਆ ਉਹਨਾਂ ਨੇ ਜਿਹੜੀ ਹੈਗੀ ਆ ਪਾਰਲੀਮੈਂਟ ਦੇ ਵਿੱਚ ਸਾਰਿਆਂ ਨੂੰ ਜਿਹੜਾ ਜੀ ਆਇਆਂ ਆਖਿਆ ਨਾ ਆਪਣੇ ਜਿਹੜੇ ਮੈਂ MP ਆਏ ਉਹਨਾਂ ਦੇ, ਅਤੇ ਨਾਲ ਨਾਲ ਜਿਹੜੀ ਹੈਗੀ ਉਹਨਾਂ ਨੇ ਲੇਬਰ ਪਾਰਟੀ ਦੇ ਜਿਹੜੇ MP ਦੀ ਸ਼ਾਮ ਨੂੰ ਇੱਕ ਪਾਰਟੀ ਵੀ ਰੱਖੀ ਸੀਗੀ। ਅਤੇ ਹੁਣ ਜੇ ਨੈਸ਼ਨਲ ਪਾਰਟੀ ਦੀ ਗੱਲ ਕਰੀਏ ਨੈਸ਼ਨਲ ਪਾਰਟੀ ਦੇ ਵਿੱਚ ਕਾਫੀ ਜਿਹੜੇ MP ਹੈਗੇ ਨੇ ਉਹਨਾਂ ਦੀ ਛੁੱਟੀ ਹੋ ਗਈ ਆ, ਉਹਨਾਂ ਨੂੰ ਜਿਹੜਾ ਨੌਕਰੀ ਲੱਭਣ ਵਾਸਤੇ ਹੁਣ ਰਿਜ਼ਿਊਮ ਜਿਹੜੇ ਭੇਜਣੇ ਪੈਣੇ ਹੈਗੇ ਨੇ। ਵਿਲਸਨ ਪੀਟਰ ਦੀ ਪਾਰਟੀ ਜਮ੍ਹਾਂ ਜਿਹੜੀ ਹੈਗੀ ਆ ਖਤਮ ਹੋ ਗਈ ਹੈਗੀ ਆ। ਬੀਤੇ ਦਿਨੀ ਨਿਊਜ਼ੀਲੈਂਡ ਦੀ ਜਿਹੜੀ ਨੈਸ਼ਨਲ ਪਾਰਟੀ ਆ ਉਹਨਾਂ ਦੀ ਜਿਹੜੀ ਕੋਕਸ ਦੀ ਮੀਟਿੰਗ ਆ ਉਹ ਹੋਈ ਸੀਗੀ, ਅਤੇ ਅੱਜ ਵੀ ਦੁਬਾਰਾ ਫਿਰ ਜਿਹੜੀ ਆ ਮੀਟਿੰਗ ਹੋਈ, ਅਤੇ ਇਹਦੇ ਵਿੱਚ ਜਿਹੜਾ ਹੁਣ ਮੁੱਦਾ ਇਹ ਚੱਲ ਰਿਹਾ ਟਹਿਣਾ ਸਾਹਿਬ ਜਿਹੜੀ ਇਹ ਹਾਰ ਹੋਈ ਹੈਗੀ ਆ, ਕਹਿੰਦੇ ਵੀ ਲੈਂਡ ਸਲਾਈਡ ਜਿਹੜੀ ਹੈਗੀ ਆ ਉਹ ਹਾਰ ਹੋਈ ਹੈਗੀ ਆ, ਜਿਹਨੂੰ ਪੰਜਾਬੀ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਮੁੱਦੇ ਮੂੰਹ ਜਿਹੜੀ ਪਾਰਟੀ ਹੈਗੀ ਆ ਉਹ MP ਹੈਗੀ ਆ, ਤੇ ਇਹਦੇ ਵਿੱਚ ਜਿਹੜੇ MP ਹੈਗੇ ਨੇ ਉਹ ਜਿਹੜੇ ਵਾਪਸ ਘਰਾਂ ਨੂੰ ਭੇਜ ਦਿੱਤੇ ਜਿਹੜੇ ਹਾਰ ਗਏ ਸੀਗੇ, ਤੇ ਹੁਣ ਇਹਦੇ ਵਿੱਚ ਗੱਲ ਇਹ ਚੱਲ ਰਹੀ ਹੈ ਕਿ ਜਿਹੜੇ ਜੋੜੇ ਤੇ ਕੌਰੇ ਨੇ ਉਹਨਾਂ ਨੂੰ ਟੱਕਰ ਦੇਣ ਵਾਸਤੇ ਜਿਹੜੇ ਕੁਛ
ਮੈਂਬਰ ਹੈਗੇ ਨੇ ਕੁਛ ਜਿਹੜੇ ਆਪਾਂ ਦੇਖ ਰਹੇ ਹੈਗੇ ਉਹ ਵੀ ਦਾਅਵਾ ਜਿਹੜਾ ਠੋਕ ਰਹੇ ਹੈਗੇ ਪਰ ਦੂਜੇ ਪਾਸੇ ਜਿਹੜੇ ਨੈਸ਼ਨਲ ਦੇ ਸਾਬਕਾ ਲਿਸਟ ਐਮ ਪੀ ਕਮਲ ਜੀ ਸਿੰਘ ਬਾਖੀ ਹੈਗੇ ਨੇ ਉਹਨਾਂ ਕਿਹਾ ਵੀ ਹਜੇ ਵੀ ਟਾਈਮ ਹੈਗਾ ਆ ਤੇ ਪਾਰਟੀ ਲੀਡਰ ਦੇ ਪਿੱਛੇ ਖੜ ਜਾਓ ਹਾਂਜੀ ਜੇ ਨਹੀਂ ਖੜਦੇ ਤਾਂ ਖੱਖੜੀਆਂ ਕਰੇਲੇ ਜਿਹੜੀਆਂ ਹੋਣੀਆਂ ਤੁਹਾਡੇ ਉਹ ਹਜੇ ਘੱਟ ਹਾਰ ਹੋਈ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਹਾਰ ਹੋਈ ਹੋ ਸਕਦੀ ਆ ਸਹੀ ਗੱਲ ਹੈ ਤੁਸੀਂ ਆਪਣੀ ਨਿਗਾਹ ਨਾਲ ਕਿੱਦਾਂ ਦੇਖਦੇ ਹੋ ਜਸਪ੍ਰੀਤ ਜੀ ਇਹ ਮਾਮਲਾ ਜਿਵੇਂ ਹੁਣ ਆਪਾਂ ਵੇਖੀਏ ਜਿਹੜੇ ਨੈਸ਼ਨਲ ਦਾ ਬੜਾ ਐਤਕੀ ਜਿਹੜੀ ਹਾਰ ਹੈ ਸਭ ਤੋਂ ਸਪਸ਼ਟ ਹੈ ਵੀ ਪਿਛਲੀ ਵਾਰ ਤੁਸੀਂ ਦੇਖੋ ਵੀ ਨਾਲੋਂ ਜਿਹੜੀਆਂ 21 ਸੀਟਾਂ ਪਿਛਲੀ ਵਾਰ ਨੈਸ਼ਨਲ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ 56 ਨੂੰ ਸੀਟਾਂ ਆਈਆਂ ਹਾਲਾਂਕਿ ਸਰਕਾਰ ਨਹੀਂ ਬਣਾ ਸਕੀ ਉਹ ਵੱਖਰਾ ਮੁੱਦਾ ਹੈ ਪਰ 56 ਤੋਂ ਇੱਕਦਮ 35 'ਤੇ ਆਉਣਾ ਇੱਕ ਬੜਾ ਵੱਡਾ ਇੱਕ ਸਦਮੇ ਵਾਲਾ ਜਾਂ ਇੱਕ ਸਾਰੇ ਜਿਹੜੇ ਆਪਣੇ ਕਹਿ ਲਓ ਨਿਊਜ਼ੀਲੈਂਡ ਵਾਸੀਆਂ ਵਾਸਤੇ ਵੀ ਇੱਕ ਬੜੀ ਹੈਰਾਨੀ ਵਾਲੀ ਗੱਲ ਸੀਗੀ ਲੋਕਾਂ ਨੂੰ ਇਹ ਤਾਂ ਲੱਗਦਾ ਸੀਗਾ ਵੀ ਨੈਸ਼ਨਲ ਹਾਰ ਰਹੀ ਹੈ ਪਰ ਲੋਕਾਂ ਨੂੰ ਇੰਨਾ ਨਹੀਂ ਸੀ ਉਮੀਦ ਵੀ ਇਹਦਾ ਜਿਹੜਾ ਅੰਕੜਾ ਜਿਹੜਾ ਇੰਨਾ ਪਿਛਲੇ ਵਾਲੇ ਜਿਵੇਂ ਹੁਣ 50 ਤੋਂ ਵੀ ਬਿਲਕੁਲ ਥੱਲੇ ਆ ਕੇ ਜਿਹੜਾ ਸਿਰਫ 35 'ਤੇ ਰਹਿ ਜੂਗਾ ਸੋ ਇਹ ਇੱਕ ਬੜੀ ਵੱਡੀ ਇੱਕ ਅੰਤਿਮ ਜਿਵੇਂ ਕਹਿ ਲਓ ਵੀ ਜੇ ਅੰਤਿਮ ਚਿੰਤਨ ਜਿਵੇਂ ਆਪਾਂ ਕਹਿੰਦੇ ਹਾਂ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਜੋ ਪਾਰਟੀ ਹਾਰ ਕਰਦੀ ਹੈ ਹਾਰ ਜਾਂਦੀ ਹੈ ਫਿਰ ਉਹ ਆਪਣਾ ਵਿਸ਼ਲੇਸ਼ਣ ਵੀ ਕਰਦੀ ਹੈ ਸੋ ਕਈ ਵਾਰ ਤਾਂ ਇਹ ਵੀ ਹੁੰਦਾ ਕਿ ਜਿਹੜੇ ਨੈਤਿਕ ਆਧਾਰ 'ਤੇ ਅਸਤੀਫਾ ਵੀ ਦੇ ਜਾਂਦੇ ਹੁਣ ਦੇਖਦੇ ਹਾਂ ਵੀ ਇਸ ਜਿਹੜੀ ਔਕਲੈਂਡ ਦੇ ਵਿੱਚ ਜਿਹੜੀ ਆਪਣੀ ਬੀਬੀ ਜੁਡਿਥ ਕੌਲਨ ਅਤੇ ਉਹ ਕੀ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਪਰ ਜਿੱਦਾਂ ਕਹਿਣਾ ਸਾਨੂੰ ਦੇਖਦੇ ਆਪਾਂ ਬੋਟਨੀ ਤੋਂ ਜਿਹੜੇ ਨੈਸ਼ਨਲ ਸੰਸਦ ਹੈਗੇ ਨੇ ਹਾਂਜੀ ਕ੍ਰਿਸਟੋਫਰ ਜਿਹੜੇ ਹੈਗੇ ਨੇ ਕ੍ਰਿਸਟੋਫਰ ਹਾਂ ਜਿਹੜੇ ਨਿਊਜ਼ੀਲੈਂਡ ਦੇ ਸੀ ਉਹ ਹੈਗੇ ਨੇ ਉਹ ਉਹਨਾਂ ਨੂੰ ਵੀ ਦਾਅਵਾ ਜਿਹੜਾ ਉਹ ਮੰਨਿਆ ਜਾ ਰਿਹਾ ਦਾਅਵੇਦਾਰ ਮੰਨਿਆ ਜਾ ਰਿਹਾ ਆ ਹਾਂਜੀ ਉਹ ਇੱਕ ਜਿਹੜੇ ਮੀਡੀਆ ਵਾਲੇ ਨੇ ਉਹਨਾਂ ਦੇ ਉੱਤੇ ਵੀ ਜਿਹੜੀ ਵਾਰ ਵਾਰ ਜਦੋਂ ਵੀ ਉਹ ਸਾਹਮਣੇ ਆਉਂਦੇ ਹੈਗੇ ਨੇ ਉਹਨਾਂ ਨੂੰ ਕੁਐਸਚਨ ਪੁੱਛ ਰਹੇ ਇਹਦਾ ਮਤਲਬ ਕੁਛ ਨਾ ਕੁਛ ਪੱਕ ਜ਼ਰੂਰ ਰਿਹਾ ਆ ਜ਼ਰੂਰ ਇਹਦੇ ਨਾਲ ਨਾਲ ਕੁਛ ਹੋਰ ਐਮ ਪੀ ਹੈਗੇ ਨੇ ਜਿਹੜੇ ਇਸ ਦੌੜ ਦੇ ਵਿੱਚ ਹੈਗੇ ਨੇ ਤੇ ਅੰਦਰ ਕੋਕਸ ਦੇ ਵਿੱਚੋਂ ਵੀ ਕਹਿੰਦੇ ਇੱਕ ਈਮੇਲ ਜਿਹੜੀ ਆ ਲੀਕ ਹੋਈ ਹੈਗੀ ਆ ਇਹ ਲੀਕੋ ਲੀਕ ਜਿਹੜੇ ਹੋਏ ਨੇ ਇਹਨਾਂ ਨੇ ਜਿਹੜੀ ਪਾਰਟੀ ਦਾ ਬੇੜਾ ਬਿਠਾਇਆ ਹੈਗਾ ਆ ਤੇ 54 ਤੋਂ ਸਿੱਧਾ 35 ਤੇ ਆਉਣਾ ਇਹ ਵੀ ਇੱਕ ਉਸ ਦੌੜ ਦੇ ਵਿੱਚੋਂ ਨਿਕਲਿਆ ਹੋਇਆ ਸਾਰਾ ਕਾਰਨ ਹੈਗਾ ਆ ਜਿਹਨੂੰ ਦੇਖਣ ਦੀ ਲੋੜ ਹੈਗੀ ਆ ਤੇ ਨਾਲ ਨਾਲ ਜਿਹੜਾ ਮੇਨ ਜਦੋਂ ਆਪਾਂ ਦੇਖਦੇ ਹਾਂ ਪਾਰਟੀ ਦੇ ਵਿੱਚ ਲੀਡਰ ਦੀ ਸਥਿਰਤਾ ਨਹੀਂ ਹੁੰਦੀ ਤਾਂ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਉਹ ਪਾਰਟੀ ਦੇ ਉੱਤੇ ਨਹੀਂ ਬਣਦਾ ਹੈਗਾ ਤੇ ਇਸੇ ਕਾਰਨ ਕਰਕੇ ਜਿਹੜਾ ਲੋਕਾਂ ਨੇ ਵਿਸ਼ਵਾਸ ਇਸ ਦੇ ਵਿੱਚ ਨਹੀਂ ਦਿਖਾਇਆ ਤੇ ਜਿਹੜੇ ਵੋਟਰ ਆ ਭਾਵੇਂ ਉਹ ਨੈਸ਼ਨਲ ਦੇ ਜਿਹੜੇ ਵੋਟਰ ਜਾਂ ਸਪੋਰਟਰ ਸੀਗੇ ਉਹ ਟੁੱਟ ਕੇ ਲੇਬਰ ਵੱਲ ਭਾਵੇਂ ਨਾਮ ਹੀ ਗਏ ਹੋਣ ਪਰ ਉਹ ਐਕਟ ਨੇ ਜ਼ਰੂਰ ਫੜ ਲਏ ਹੈਗੇ ਸਹੀ ਗੱਲ ਹਾਂ ਥੋੜ੍ਹੇ ਉੱਧਰ ਜ਼ਰੂਰ ਕਿਉਂਕਿ ਨਵੀਂ ਪਾਰਟੀ ਹੈ ਅਤੇ ਜਿਹੜੇ ਪਹਿਲਾਂ 1 ਐਮ ਪੀ ਸੀਗੇ ਅਤੇ ਹੁਣ ਉਹਨਾਂ ਨੇ 10 ਬਣ ਜਾਣੇ ਹਨ ਅਤੇ ਇਸੇ ਕਾਰਨ ਕਰਕੇ ਜਿਹੜੀ ਪਾਰਟੀ ਜਿੰਦਾ ਹੋਈ ਤੇ ਸਾਰੇ ਜਿਹੜੇ ਵੋਟ ਸ਼ਫਲ ਹੋ ਕੇ ਉੱਧਰ ਗਈ ਕੁਛ ਇੰਜਰਡ ਫਸਟ ਤੋਂ ਇੱਧਰ ਆਈ ਹਨਾ ਤੇ ਉਹਦੇ ਕਰਕੇ ਜਿਹੜੇ ਕਾਫੀ ਜਿਹੜੇ ਨਵੇਂ ਇੱਕ ਚੀਜ਼ ਹੋਰ ਵੀ ਟਾਣਾ ਸਾਹਿਬ ਇਹਦੇ ਵਿੱਚ ਦੇਖਣ ਨੂੰ ਮਿਲੀ ਨਵੇਂ ਜਿਹੜੇ ਬਹੁਤ ਆਏ ਹਾਂਜੀ ਨਵੇਂ ਜਿਹੜੇ ਜਿੱਦਾਂ ਆਪਾਂ ਪੰਜਾਬ ਦੇ ਵਿੱਚ ਦੇਖੀਏ ਤਾਂ ਬਈ ਆਪਾਂ ਦੇਖ ਰਹੇ ਹਾਂ ਵੀ ਬਾਦਲ ਪਰਿਵਾਰਵਾਦੀ ਹੁੰਦਾ ਸਾਰਾ ਕੁਛ ਉਹ ਵੀ ਸਾਰਾ ਕੁਛ ਆ ਰਿਹਾ ਤਾਂ ਇੱਥੇ ਲੱਗਦਾ ਵੀ ਨਵਿਆਂ ਨੂੰ ਜਿਹੜਾ ਮੌਕਾ ਜਿਹੜਾ ਆ ਉਹ ਦਿੱਤਾ ਗਿਆ ਹੈਗਾ ਬਿਲਕੁਲ ਤੇ ਹੁਣ ਇਹਦੇ ਨਾਲ ਲੇਬਰ ਦੀ ਗੱਲ ਕਰੀਏ ਟਾਣਾ ਸਾਹਿਬ ਹਾਂਜੀ ਉਪ ਪ੍ਰਧਾਨ ਮੰਤਰੀ ਦੀ ਦੌੜ ਵਾਸਤੇ ਜਿਹੜੀ ਆ ਉਹ ਜੋੜ ਤੋੜ ਚੱਲ ਰਿਹਾ ਹੈ ਹਾਂਜੀ ਜੋੜ ਤੋੜ ਤਾਂ ਨਹੀਂ ਚੱਲ ਰਿਹਾ ਗੱਲਬਾਤ ਚੱਲ ਰਹੀ ਆ ਵੇਖੋ ਵੀ ਕਿਹਦੇ ਹੱਥ 'ਚ ਪਾਲਾ ਪੈਂਦਾ ਇਹਦੇ ਵਿੱਚ ਟਾਣਾ ਸਾਹਿਬ ਜਿਹੜੀ ਗੱਲਬਾਤ ਚੱਲ ਰਹੀ ਹੈਗੀ ਆ ਉਹ ਕੈਲਵਿਨ ਡੇਵਿਸ ਉਹਨੇ ਜਿਹੜੇ ਹੈਗੇ ਨੇ ਉਹਨਾਂ ਦੇ ਪਾੜੇ ਦੇ ਵਿੱਚ ਜਿਹੜੀ ਗੱਲਬਾਤ ਆ ਉਹ ਜਾ ਰਹੀ ਹੈਗੀ ਆ ਪਿਛਲੇ ਵਾਰੀ ਦਾਅਵੇਦਾਰ ਸੀਗੇ ਉਹ ਪਰ ਪੀਟਰ ਦਾਇਆ ਜਿਹੜਾ ਹੈਗਾ ਉਹ ਜੜਾਂ 'ਚ ਪੈ ਗਿਆ ਸੀਗਾ ਸਹੀ ਗੱਲ ਹੈ ਤੇ ਪਰ ਜਿਵੇਂ ਕਹਿ ਲਓ ਵੀ ਨੇਪਰੇ ਵੀ ਉਹਨੇ ਚੜਾਇਆ ਸੀ ਨਹੀਂ ਫਿਰ ਜੇ ਨੈਸ਼ਨਲ ਵੱਲ ਹੋ ਜਾਂਦੇ ਤਾਂ ਫਿਰ ਉੱਧਰ ਝੰਡਾ ਚੱਕਿਆ ਜਾਣਾ ਸੀਗਾ ਤੇ ਉਹਨਾਂ ਨੇ ਜਿਹੜਾ ਆ ਉਦੋਂ ਉਹਦਾ ਜਿਹੜਾ ਛੱਡ ਦਿੱਤਾ ਸੀਗਾ ਤੇ ਹੁਣ ਜਿਹੜਾ ਹੈਗਾ ਆ ਜਿਹੜੀ ਗੱਲ ਹੁਣ ਮੌਕਾ ਆ ਗਿਆ ਉਹਨਾਂ ਲਈ ਮੌਕਾ ਆ ਗਿਆ ਹੈਗਾ ਆ ਕਿਤੇ ਕੈਲਵਿਨ ਡੇਵਿਸ ਜਿਹੜੇ ਹੈਗੇ ਨੇ ਉਹ ਜਿੱਥੋਂ ਤੱਕ ਮੈਂ ਆਪਣੀ ਉਹਦੇ ਨਾਲ ਦੇਖ ਰਿਹਾ ਹੈਗਾ ਤਾਂ ਕੈਲਵਿਨ ਡੇਵਿਸ ਹੁਣੇ ਜਿਹੜੇ ਆ ਉਹ ਦਾਅਵੇਦਾਰ ਮੰਨੇ ਜਾ ਰਹੇ ਨੇ ਕਿਉਂਕਿ ਨੈਸ਼ਨਲ ਜਿਹੜੀ ਲੇਬਰ ਪਾਰਟੀ ਦੇ ਜਿਹੜੇ ਡਿਪਟੀ ਲੀਡਰ ਹੈਗੇ ਨੇ ਤੇ ਮੋਹਰੀ ਚਿਹਰਾ ਵੀ ਹੈਗੇ ਨੇ ਹਨਾ ਤੇ ਉਹਨਾਂ ਨੂੰ ਬਣਾਉਣ ਦੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਹੈਗੀ ਆ ਤੇ ਜਸਿੰਡਾ ਆਰਡਨ ਨੂੰ ਉਹਨਾਂ ਨੇ ਵੀ ਜਿਹੜੀ ਬੀਤੇ ਦਿਨੀ ਗੱਲਬਾਤ ਕਰਦੇ ਮੀਡੀਆ ਦੇ ਨਾਲ ਕਿਹਾ ਹੈਗਾ ਕਿ ਡਿਪਟੀ ਲੀਡਰ ਹੀ ਬਣੂਗਾ ਤੇ ਇਹਦਾ ਐਲਾਨ ਜਿਹੜਾ ਹੈਗਾ ਉਹ ਕੋਕਸ ਦੇ ਵਿੱਚ ਹੋਊਗਾ ਤੇ ਜਦੋਂ ਡਿਪਟੀ ਲੀਡਰ ਹੀ ਕਹਿ ਦਿੰਦਾ ਹੈਗਾ ਤਾਂ ਫਿਰ ਕੈਲਵਿਨ ਡੇਵਿਸ ਉਹਨੇ ਹੀ ਹੋਣ ਕਲੀਅਰ ਹੋ ਗਈ ਗੱਲ ਕਲੀਅਰ ਹੋ ਗਈ ਪਰ ਇਹਦੇ ਵਿੱਚ ਹੁਣ ਇਹ ਦੇਖਣ ਵਾਲੀ ਗੱਲ ਬਣਦੀ ਆ ਟਾਣਾ ਸਾਹਿਬ ਕਿ ਜਿਹੜੀ ਗ੍ਰੀਨ ਪਾਰਟੀ ਆ ਉਹਦਾ ਕੀ ਰੋਲ ਰਹੂ ਹਾਂਜੀ ਇਹ ਤਾਂ ਹੈ
ਕਿਉਂਕਿ ਪਿਛਲੀ ਵਾਰ ਵੀ ਜਿਹੜਾ ਗ੍ਰੀਨ ਦਾ ਇੱਕ ਬੜਾ ਵੱਡਾ ਰੋਲ ਰਿਹਾ, ਹਾਲਾਂਕਿ ਦੇਖੋ ਹੁਣ ਵੀ ਜਿਵੇਂ ਪਹਿਲਾਂ ਕੋਈ ਇੰਡੀਕੇਸ਼ਨ ਆਈ ਸੀਗੀ ਵੀ ਜਿਹੜੀ ਗ੍ਰੀਨ ਪਾਰਟੀ ਨੂੰ ਵੀ ਕੁਛ ਨਾ ਕੁਛ ਕਹਿ ਲਓ ਆਪਾਂ ਵੀ ਜਮ੍ਹਾਂ ਸਾਈਡ 'ਤੇ ਨਹੀਂ ਕਰਦੇ ਇਹ, ਆਮ ਤੌਰ 'ਤੇ ਇੰਡੀਆ ਦੇ ਵਿੱਚ ਤਾਂ ਕੀ ਹੁੰਦਾ ਆਪਣੇ ਵੀ ਜਿਹੜੀ ਪਾਰਟੀ ਦੇ ਮੁੜ ਕੇ ਕਹਿੰਦੇ ਵੀ ਹੁਣ ਇਹਦੀ ਲੋੜ ਨਹੀਂ ਰਹੀ ਅਤੇ ਇਹਨੂੰ ਹੁਣ ਚਲੋ ਕੋਈ ਗੱਲ ਨਹੀਂ ਗੀ ਅਤੇ, ਪਰ ਫਿਰ ਵੀ ਇਹਦੇ ਬਾਵਜੂਦ ਜਿਹੜਾ ਇੱਕ ਗੱਠਜੋੜ ਧਰਮ ਮੇਰਾ ਖਿਆਲ ਇਹ ਜਿਹੜਾ ਨਿਭਾਇਆ ਜਾਊਗਾ ਲੇਬਰ ਪਾਰਟੀ ਵੱਲੋਂ। ਇਹ ਵੀ ਇੱਕ ਚੀਜ਼ ਵਧੀਆ ਜਿਹੜੀ ਚੀਜ਼ ਹੈਗੀ ਆ ਪਾਰਟੀਆਂ ਦੀ ਆਪਸੀ ਸਾਂਝੇਦਾਰੀ ਵੀ, ਇਸੇ ਨੂੰ ਕਿਹਾ ਜਾ ਸਕਦਾ ਆ ਕਿ ਜੇਕਰ ਤੁਸੀਂ ਹੁਣ ਚੰਗੇ ਸਮੇਂ ਦੇ ਵਿੱਚ ਆ ਗਏ ਹੋ ਤਾਂ ਤੁਸੀਂ ਪਾਰਟੀ ਨੂੰ ਨਹੀਂ ਭੁੱਲਦੇ ਤਾਂ ਜਿਹੜਾ ਉਹ ਗੱਠਜੋੜ ਦਾ ਧਰਮ ਆ ਉਹਨੂੰ ਵੀ ਸਹੀ ਮੰਨਿਆ ਜਾਂਦਾ ਹੈ, ਨਹੀਂ ਤਾਂ ਜਿੱਦਾਂ ਹੁਣ ਮੰਨ ਲਓ ਮੋਦੀ ਉਹਨਾਂ ਨੇ ਜਿੱਦਾਂ ਹਰਸਿਮਰਤ ਬਾਦਲ ਦੇ ਨਾਲ ਕੀਤਾ ਹੈਗਾ ਆ ਤਾਂ ਉਹ ਇੱਕ ਜਿਹੜਾ ਉਹ ਗੱਠਜੋੜਾਂ ਦਾ ਜਿਹੜਾ ਧਰਮ ਹੈਗਾ ਉਹ ਸਹੀ ਨਹੀਂ ਹੈਗਾ ਹੈ ਨਾ। ਹੁਣ ਜੇ ਨੈਸ਼ਨਲ ਲੇਬਰ ਪਾਰਟੀ ਅੱਜ ਕਹੇ ਕਿ ਸਾਨੂੰ ਤਾਂ ਬਈ ਜ਼ਰੂਰਤ ਨਹੀਂ ਹੈਗੀ ਗ੍ਰੀਨ ਪਾਰਟੀ ਦੀ, ਅਸੀਂ ਤਾਂ ਆਪਣੇ ਦਮ ਤੇ ਬਣਾਵਾਂਗੇ ਤੇ ਬਣਾ ਵੀ ਸਕਦੇ ਹਾਂ, ਪਰ ਫਿਰ ਵੀ ਇਸ ਦੇ ਬਾਵਜੂਦ ਵੀ ਜਿਹੜੀ ਗੱਲਬਾਤ ਤਾਂ ਚੱਲ ਰਹੀ ਹੈਗੀ ਭਾਵੇਂ ਹਜੇ ਨਹੀਂ ਵੀ ਹੋਈ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਦੇਖਿਆ ਜਾਣਾ ਕਿਉਂਕਿ ਲੇਬਰ ਪਾਰਟੀ ਦੇ ਸਾਬਕਾ ਲੀਡਰ ਜਿਹੜੇ ਹੈਗੇ ਨੇ ਹੈਲਨ ਕਲਾਰਕ ਉਹਨਾਂ ਨੇ ਵੀ ਕਿਹਾ ਹੈਗਾ ਕਿ ਭਵਿੱਖ ਦੇ ਵਿੱਚ ਯੋਜਨਾਵਾਂ ਨੂੰ ਬਣਾਏ ਰੱਖਣ ਵਾਸਤੇ ਤੇ ਸਰਕਾਰਾਂ ਨੂੰ ਦੁਬਾਰਾ ਸੱਤਾ ਦੇ ਵਿੱਚ ਲਿਆਉਣ ਵਾਸਤੇ ਪਾਰਟੀ ਨੂੰ ਸੱਤਾ ਦੇ ਵਿੱਚ ਲਿਆਉਣ ਵਾਸਤੇ ਇਹ ਜਿਹੜਾ ਭਾਵੇਂ ਨਾ ਮਾਤਰ ਗੱਠਜੋੜ ਹੋਵੇ ਭਾਵੇਂ ਬਾਹਰ ਬਿਠਾ ਕੇ ਉਹਨਾਂ ਨੂੰ ਉਹਨਾਂ ਦੀ ਸਹਿਮਤੀ ਦਿੱਤੀ ਜਾਵੇ, ਭਾਵੇਂ ਇੱਕ ਅਹੁਦਾ ਦਿੱਤਾ ਜਾਵੇ, ਭਾਵੇਂ ਦੋ ਦਿੱਤੇ ਜਾਣ, ਭਾਵੇਂ ਨਾ ਵੀ ਦਿੱਤਾ ਜਾਵੇ, ਫਿਰ ਵੀ ਬਾਹਰੋਂ ਜਿਹੜਾ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਤਾਂ ਇੱਦਾਂ ਦਾ ਜਿਹੜਾ ਗੱਠਜੋੜਾ ਕਹਿੰਦਾ ਮਤਲਬ ਉਹਨਾਂ ਦੀ ਜਿਹੜੀ ਪੁੱਛ ਦੱਸ ਪਹਿਲਾਂ ਵਾਂਗੂ ਬਣੀ ਰਹੇ ਤੇ ਕੱਲ ਨੂੰ ਜੇਕਰ ਲੇਬਰ ਪਾਰਟੀ ਦੇ ਉੱਤੇ ਮਾੜਾ ਸਮਾਂ ਆਉਂਦਾ ਹੈਗਾ ਆ ਤਾਂ ਇਹ ਜਿਹੜੇ ਹੱਥ ਲੇਬਰ ਨੂੰ ਫੜਾਉਂਦੇ ਹੋਣ ਸਕਦੇ। ਹਾਂਜੀ ਬਿਲਕੁਲ, ਤੇ ਇਹਦੇ ਨਾਲ ਕੋਈ ਕਹਿਣਾ ਸਾਹਿਬ ਹੋਰ ਕੋਈ ਖਬਰ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ? ਮੇਰਾ ਖਿਆਲ ਥੋੜ੍ਹਾ ਜਿਹਾ ਪੰਜਾਬ ਦਾ ਵੀ ਆਪਾਂ ਸੀਨ ਜਿਹੜਾ ਸਾਂਝਾ ਕਰ ਲਈਏ। ਬੀਤੇ ਦਿਨੀ ਪੰਜਾਬ ਦੇ ਵਿੱਚ ਜਿਹੜਾ ਆ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆ ਉਹ ਸੱਦਿਆ ਗਿਆ ਸੀ, ਕਹਿਣਾ ਸਾਹਿਬ ਉਹਦੇ ਉੱਤੇ ਜਿਹੜੀ ਗੱਲਬਾਤ ਆਪਾਂ ਕਰੀਏ। ਸੋ ਜਸਟ ਜੀ, ਉਹ ਸਭ ਤੋਂ ਮੈਨੂੰ ਲੱਗਦਾ ਵੀ ਇੱਕ ਜਿਹੜਾ ਇੱਕ ਤਰ੍ਹਾਂ ਦਾ ਜਿਵੇਂ ਪਹਿਲੇ ਦਿਨ ਜੋ ਕੁਛ ਹੋਇਆ ਕਹਿੰਦੇ ਜੋ ਰਿਪੋਰਟਾਂ ਹੁਣ ਤੱਕ ਆਈਆਂ ਸਿਰਫਾਂ ਦੇ 35 ਮਿੰਟਾਂ ਦੇ ਵਿੱਚ ਸਾਰਾ ਜਿਹੜਾ ਸੈਸ਼ਨ ਨਿਬੜ ਗਿਆ, ਹਾਲਾਂਕਿ 2 ਦਿਨ ਦਾ ਰੱਖਿਆ ਸੀਗਾ ਕਿਸਾਨੀ ਵਾਲੇ ਮੁੱਦੇ ਦੇ ਉੱਤੇ। ਪਰ ਜਸਪ੍ਰੀਤ ਜੀ, ਮੈਨੂੰ ਇਹ ਲੱਗਦਾ ਵੀ ਜਿਹੜੀ ਸਾਡੇ ਨਾ ਜਿਹੜੀ ਵਿਧਾਨ ਸਭਾ ਦੀ ਕਹਿ ਲਓ ਜਿਹੜੀ ਹੈਗੀ ਹੈ ਇੱਕ ਖਾਨਾ ਪੂਰਤੀ ਜੀ ਬਣ ਗਈ ਹੈ ਜਿਹੜਾ ਸੈਸ਼ਨ ਸੱਦਣ ਵਾਲਾ ਵੀ ਜਿਹੜਾ ਮਾਮਲਾ ਨਾ, ਹਾਲਾਂਕਿ ਚਾਹੀਦਾ ਤਾਂ ਹੁੰਦਾ ਵੀ ਜਦੋਂ ਹੁਣ ਜਦੋਂ ਕਿੰਨੇ ਚਿਰ ਦਾ ਇਹ ਰੌਲਾ ਪਿਆ ਜੂਨ ਮਹੀਨੇ ਦੇ ਵਿੱਚ ਜਿਹੜੇ ਆਰਡੀਨੈਂਸ ਆਉਂਦੇ ਆ, ਚਾਹੀਦਾ ਤਾਂ ਉਦੋਂ ਹੀ ਸੀਗਾ ਵੀ ਇੱਕ ਸਪੈਸ਼ਲ ਜਿਹੜਾ ਇਸ, ਕਿਉਂਕਿ ਸਾਡਾ ਜਿਹੜਾ ਬੇਸ ਹੈ ਪੰਜਾਬ ਹੈ ਸਾਡਾ ਜਿਹੜਾ ਸਾਰਾ ਕਹਿ ਲਓ ਵੀ ਸਾਡਾ ਜਿਹੜਾ ਪ੍ਰਾਇਮਰੀ ਸੈਕਟਰ ਹੈ ਖਾਸ ਤੌਰ 'ਤੇ, ਵੈਸੇ ਤਾਂ ਇੰਡੀਆ ਦਾ ਹੀ ਹੈ ਅਤੇ ਪੰਜਾਬ ਦਾ ਤਾਂ ਖਾਸ ਕਰਕੇ ਹੀ, ਵੀ ਉਸ ਵੇਲੇ ਨੋਟਿਸ ਲੈਣਾ ਬਣਦਾ ਸੀਗਾ ਜਦੋਂ ਆਰਡੀਨੈਂਸ ਆਏ ਸੀਗੇ ਜਿਹੜੀਆਂ ਅੱਜ ਪਾਰਟੀਆਂ ਸਿਆਸੀ ਪਾਰਟੀਆਂ, ਈਵਨ ਮੈਂ ਤਾਂ ਇਹ ਵੀ ਕਹਿੰਦਾ ਵੀ ਜਿਹੜੀ ਭਾਵੇਂ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਵਿੱਚ ਹੈਗੀ ਆ ਆਮ ਆਦਮੀ ਪਾਰਟੀ, ਇਹਦਾ ਵੀ ਫਰਜ਼ ਬਣਦਾ ਸੀਗਾ ਕਿਉਂਕਿ ਇਹਨਾਂ ਦਾ ਸੈਂਟਰ MP ਹੈਗਾ ਭਗਵੰਤ ਮਾਨ, ਵੀ ਨਿਗਾਹ ਰੱਖਣੀ ਚਾਹੀਦੀ ਸੀ ਵੀ ਸੈਂਟਰ ਦੇ ਵਿੱਚ ਕੀ ਹੋ ਰਿਹਾ, ਜੇ ਇਸ ਤਰ੍ਹਾਂ ਦੇ ਬਿੱਲ ਲੱਗਦਾ ਸੀ ਵਾਕਈ ਕਿਸਾਨੀ ਦੇ ਵਿਰੋਧ 'ਚ ਆ ਰਹੇ ਆ ਤਾਂ ਇਮੀਡੀਏਟਲੀ ਜਿਹੜੇ ਆਪਣੇ ਪਾਰਲੀਮੈਂਟ ਮੈਂਬਰ ਜਿਹੜੇ ਆਮ ਆਦਮੀ ਪਾਰਟੀ ਦੇ ਉਹਨੂੰ ਨੋਟਿਸ ਕਰਨਾ ਬਣਦਾ ਸੀਗਾ, ਆਪਣੇ ਜਿਹੜੇ ਪੰਜਾਬ ਯੂਨਿਟ ਦੇ ਨਾਲ ਡਿਸਕਸ ਕਰਦੇ ਸਾਰੇ, ਕਿਉਂਕਿ ਵਿਰੋਧੀ ਧਿਰ ਇਹ ਹੈ ਉਹ ਕੋਈ ਨਾ ਕੋਈ ਮੁੱਦਾ ਚੱਕਦੇ, ਉਸ ਵੇਲੇ ਜੇ ਵਿਧਾਨ ਸਭਾ ਸੈਸ਼ਨ ਜਿਹੜਾ ਬੁਲਾ ਲਿਆ ਜਾਂਦਾ ਤਾਂ ਬਹੁਤ ਵਧੀਆ ਰਹਿਣਾ ਸੀ, ਕਿਉਂਕਿ ਇਹ ਇੱਕ ਬਹੁਤ ਵੱਡੀ ਡਿਬੇਟ ਦਾ ਇਸ਼ੂ ਹੈ ਇਸ ਵੇਲੇ ਜਿਹੜਾ ਬਣਿਆ ਹੋਇਆ। ਹਾਲਾਂਕਿ ਕੇਂਦਰ ਸਰਕਾਰ ਜਿਹੜੀ ਕਿਵੇਂ ਕਹਿ ਲਓ ਵੀ ਟਸ ਤੋਂ ਮਸ ਨਹੀਂ ਹਜੇ ਹੋ ਰਹੀ ਵੀ ਉਹ ਵਾਪਸ ਲੈਣ ਨਾਲ ਤਾਂ ਗੱਲ ਹੀ ਵੱਖਰੀ ਹੈਗੀ ਹੈ, ਜਿਵੇਂ ਹੁਣ ਪਿੱਛੇ ਤੁਸੀਂ ਦੇਖਿਆ ਵੀ ਯੂਨੀਅਨਾਂ ਗਈਆਂ, 30 ਯੂਨੀਅਨਾਂ ਗਈਆਂ ਗੱਲਬਾਤ ਕਰਨ, ਉੱਥੇ ਸੈਕਟਰੀ ਨੂੰ ਬਿਠਾ ਤਾ ਕੋਈ ਗੱਲ ਨਹੀਂ ਸੁਣੀ। ਸੋ ਕਹਿਣ ਦਾ ਮਤਲਬ ਇਹ ਵੀ ਜੇ ਹੁਣ ਵਿਧਾਨ ਸਭਾ ਦਾ ਸੈਸ਼ਨ ਜੇ 2 ਦਿਨ ਦਾ ਸੱਦਿਆ ਵੀ ਸੀਗਾ ਤਾਂ ਉਹਦੇ ਵਿੱਚ ਪੂਰੇ ਜਿਹੜੇ ਸ਼ੁਰੂਆਤੀ ਦੌਰ ਦੇ ਉੱਤੇ ਜਿਹੜੇ ਉਹਦੇ ਗੰਭੀਰ ਜਿਵੇਂ ਕਹਿ ਲਓ ਪੂਰੀ ਆਹ ਪੋਲੀਟੀਕਲ ਹਿੱਤ ਪਾਸੇ ਰੱਖ ਕੇ ਡਿਸਕਸ਼ਨ ਹੁੰਦੀ ਤਾਂ ਹੀ ਕੁਛ ਬਣ ਸਕਦਾ ਸੀਗਾ। ਪਰ ਹੁਣ ਤੁਸੀਂ ਦੇਖਿਆ ਵੀ ਕਿੰਨਾ ਉੱਥੇ ਵਿਖਾਵਾ ਹੋ ਰਿਹਾ, ਕਿਵੇਂ ਜਿਵੇਂ ਜਿਹੜੇ MLA ਟਰੈਕਟਰਾਂ 'ਤੇ ਚੜ੍ਹ ਚੜ੍ਹ ਕੇ ਪਾਰਲੀਮੈਂਟ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਤੱਕ ਪੁੱਜ ਰਹੇ ਆ। ਸੋ ਇਹ ਸਾਰਾ ਮੈਨੂੰ ਲੱਗਦਾ ਜਿਵੇਂ ਆਪਾਂ ਰਿਪੋਰਟਾਂ ਪਹਿਲਾਂ ਵੀ ਪੜ੍ਹੀਆਂ ਜਿਹੜੇ ਸੀਨੀਅਰ ਜਰਨਲਿਸਟ ਹੈਗੇ ਇੰਡੀਆ ਤੋਂ, ਇਹ ਸਾਰਾ ਫਿਰ ਇੱਕ ਡਰਾਮਾ ਜਿਹੜਾ ਕੀਤਾ ਜਾ ਰਿਹਾ ਤਾਂ ਜੋ ਅਗਲੀ ਇਲੈਕਸ਼ਨ ਵਾਸਤੇ। ਰਹਿਣਾ ਸਾਹਿਬ, ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਜੋੜਨੀ ਚਾਹੁੰਦਾ ਹਾਂ, ਮੈਂ ਅੱਜ ਗੱਲਬਾਤ ਸੁਣ ਰਿਹਾ ਸੀਗਾ ਉਹਦੇ ਵਿੱਚ ਜਿਹੜੀ ਮੈਂ ਉਹ ਸਾਂਝਾ ਕਰਦਾ ਕਿ ਜੇਕਰ ਲੀਡਰ ਜਿਹੜੇ ਸੰਜੀਦਾ ਹੋਣ, ਹਾਂਜੀ ਪੰਜਾਬ ਦੀ ਗੱਲ ਕਰਨ, ਸਹੀ ਗੱਲ, ਜੇ ਸਹੀ ਤਰੀਕੇ ਦੇ ਨਾਲ ਕਿਸਾਨਾਂ ਦੀ ਗੱਲ ਹੋਵੇ, ਪੰਜਾਬ ਦੀ ਗੱਲ ਹੋਵੇ, ਪੰਜਾਬੀਅਤ ਦੀ ਗੱਲ ਹੋਵੇ, ਸਾਰੇ ਜਿਹੜੇ ਵਾਸੀ ਹੈਗੇ ਨੇ ਉਹਨਾਂ ਦੀ ਗੱਲ ਹੋਵੇ, ਕਹਿੰਦੇ ਸਰਕਾਰ ਜਿਹੜੀ ਆ 1.5 ਸਾਲ ਤੋਂ ਵੱਧ ਨਹੀਂ ਚੱਲਦੀ ਪੰਜਾਬ ਦੇ ਵਿੱਚ, ਜੇ ਸੱਚੇ ਮਨ ਤੋਂ ਪੰਜਾਬ ਦੀ ਗੱਲ ਕਰਨ ਵਾਲਾ ਕੋਈ ਲੀਡਰ ਆਇਆ ਤਾਂ ਉੱਥੇ 1.5 ਸਾਲ ਤੋਂ ਉੱਤੇ ਸਰਕਾਰ ਨਹੀਂ ਚੱਲੀ। ਹਾਂਜੀ,
ਤੇ ਹੁਣ ਜਿਹੜੀ ਹੈਗੀ ਆ ਗੱਲਾਂ ਕਰ ਰਹੇ ਨੇ ਪਰ ਉਹਨੂੰ ਅਮਲੀ ਜਾਮਾ ਨਹੀਂ ਬਣਾ ਰਹੇ ਤਾਂ ਇੱਥੋਂ ਲੱਗਦਾ ਵੀ ਝੂਠ ਬੋਲ ਰਹੇ ਨੇ ਕੋਈ ਕਾਰਨ ਇਹਨਾਂ ਦੇ ਵਿੱਚ ਦਮ ਨਹੀਂ ਹੈਗਾ ਕਿਉਂਕਿ ਸਾਰਾ ਕੁਝ ਤਾਂ ਸੈਂਟਰ ਸਰਕਾਰ ਕੋਲ ਐਟ ਦਾ ਮੂਮੈਂਟ 75% ਜਿਹੜਾ ਮਾਲੀਆ ਹੈਗਾ ਆ ਉਹ ਸਰਕਾਰ ਦੇ ਸੈਂਟਰ ਦੇ ਜਿਹੜਾ ਕੋਲ ਹੈਗਾ ਆ 25% ਦੇ ਨਾਲ ਸਰਕਾਰ ਨਹੀਂ ਚਲਾ ਸਕਦੇ ਤਾਂ ਕਰਕੇ ਇਹ ਦਾਅਵੇ ਦੇ ਵਿੱਚ ਹੈਗੇ ਨੇ ਭਾਵੇਂ ਜੱਡੀਆਂ ਮਾਰੀਆਂ ਡਾਂਗਾ ਮਾਰੀ ਜਾਣ ਇਹ ਜਿੱਡੇ ਮਰਜ਼ੀ ਦਾਅਵੇ ਕਰੀ ਜਾਣ ਪੰਜਾਬ ਦੇ ਵਿੱਚ ਆਪਾਂ ਪੰਜਾਬ ਤੋਂ ਬਾਹਰ ਵੀ ਤਾਂ ਕੁਛ ਇਸ ਦੇ ਵਿੱਚੋਂ ਨਿਕਲਣ ਵਾਲਾ ਨਹੀਂ ਹੈ। ਸੋ ਜੇ ਤੁਸੀਂ ਗੱਲ ਕੀਤੀ ਵੀ ਸਰਕਾਰ ਡੇਢ ਸਾਲ ਨਹੀਂ ਚੱਲਦੀ, ਮੈਂ ਕਹਿੰਦਾ ਵੀ ਭਾਵੇਂ 1 ਸਾਲ ਨਾ ਚੱਲੇ, ਗੱਲ ਤਾਂ ਵੀ ਹੁਣ ਲੋਕਾਂ ਦੇ ਪੱਲੇ ਕੀ ਪੈ ਰਿਹਾ ਸਰਕਾਰ ਦੇ ਥਰੂ ਜੋ ਹੁਣ ਆਪਾਂ ਦੇਖੀਏ। ਗੱਲ ਤਾਂ ਉਹੀ ਹੈ ਨਾ ਕਿ ਜਿਹੜੀ ਸਰਕਾਰ ਚਲਾਉਣਾ ਹੀ ਉਹਨਾਂ ਦਾ ਮੁੱਖ ਮਕਸਦ ਆ, ਸੱਤਾ ਨੂੰ ਜਿਹੜਾ ਛੱਡਣ ਦਾ ਚਾਅ ਜਿਹੜਾ ਆ ਉਹ ਨਹੀਂ ਲੈ ਰਿਹਾ, ਸੱਤਾ ਦੇ ਜਿਹੜੀ ਕੁਰਸੀ ਦੇ ਉੱਤੇ ਬੈਠੇ ਨੇ ਉਹਨੂੰ ਛੱਡ ਨਹੀਂ ਹੋ ਰਿਹਾ। ਜੇਕਰ ਉਹਨੂੰ ਛੱਡਣ ਤਾਂ ਜਿਹੜਾ ਮਸਲਾ ਆ ਇਹ ਹੱਲ ਹੋ ਸਕਦਾ। ਸਹੀ ਗੱਲ ਹੈ ਜੀ। ਜੇ ਆਪਾਂ ਨੂੰ ਵੇਖਿਆ ਜਾਵੇ ਤਾਂ ਹੁਣ ਸਰਦਾਰ ਪ੍ਰਕਾਸ਼ ਸਿੰਘ ਬਾਦਲ 5 ਵਾਰ ਉਹਨਾਂ ਨੇ ਮੁੱਖ ਮੰਤਰੀ ਰਹੇ ਆ, 3 ਵਾਰ ਉਹਨਾਂ ਨੇ ਪੂਰੀ ਫੁੱਲ ਜਿਹੜੀਆਂ ਟਰਮਾਂ ਜਿਹੜੀਆਂ ਪੂਰੀਆਂ ਕੀਤੀਆਂ, ਪਰ ਉਸ ਦਰਮਿਆਨ ਸੈਂਟਰ ਦੇ ਵਿੱਚ ਵੀ ਸਰਕਾਰ ਰਹੀ ਹੈ ਇਹਨਾਂ ਦੀ ਜਿਹੜੀ ਆਪਦੀ ਭਾਈਵਾਲ ਪਾਰਟੀ ਦੀ। ਪਰ ਸਵਾਲ ਤਾਂ ਇਹ ਹੈ ਵੀ ਟਰਮਾਂ ਤਾਂ ਪੂਰੀਆਂ ਕਰ ਲਈਆਂ 5-5 ਸਾਲ 3 ਵਾਰੀ, ਅਤੇ ਪਰ ਪੰਜਾਬ ਦੇ ਪੱਲੇ ਕੀ ਪਿਆ, ਸਵਾਲ ਇਹ ਵੱਡਾ ਹੈਗਾ ਇਸ ਵੇਲੇ। ਹਾਂਜੀ, ਪਰ ਇਹ ਤਾਂ ਹੁਣ ਲੋਕਾਂ ਨੂੰ ਜਿਹੜਾ ਸੋਚਣਾ ਪਵੇ ਬਣਦਾ ਸਹੀ ਗੱਲ ਮੁੱਦੇ ਜਿਹੜੇ ਹੈਗੇ ਕਿਵੇਂ ਹੱਲ ਕਰਾਉਣੇ ਹੈਗੇ ਨੇ, ਕਿੱਦਾਂ ਜਿਹੜੇ ਲੀਡਰਾਂ ਦੇ ਉੱਤੇ ਵਿਸ਼ਵਾਸ ਕਰਨਾ ਹੈਗਾ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੂਗਾ ਕਿ ਇਹ ਜਿਹੜੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚੋਂ ਬਸ ਰੋਟੀ ਪਾਣੀ ਖਾ ਕੇ ਬਿੱਲ ਪਵਾ ਕੇ ਜੇਬਾਂ ਦੇ ਵਿੱਚ ਪੈਸੇ ਪਾ ਕੇ ਹੀ ਚਲੇ ਜਾਣਾ ਆ, ਅਤੇ ਟਰੈਕਟਰਾਂ ਦੇ ਉੱਤੇ ਜਿਹੜੇ ਆਏ ਫੋਟੋਆਂ ਖਿਚਾ ਕੇ ਮੁੜ ਜਾਣਾ ਜਾਂ ਉੱਥੇ ਆਮ ਆਦਮੀ ਪਾਰਟੀ ਦੇ ਮੈਂਬਰ ਵੀ ਜਿਹੜੇ ਸੁੱਤੇ ਪਏ ਰਹੇ ਹੈ ਨਾ, ਅਤੇ ਉੱਦਾਂ ਹੀ ਮੁੜ ਜਾਣਾ ਹੈਗਾ ਆ, ਜਾਂ ਕੋਈ ਇੱਦਾਂ ਦਾ ਕੋਈ ਠੋਸ ਕਦਮ ਜਿਹੜਾ ਹੈਗਾ ਆ ਹਨਾ ਉਹ ਲੈ ਕੇ ਜਾਣਾ ਹੈਗਾ। ਈਵਨ ਕਿ ਭਗਵੰਤ ਮਾਨ ਹੁਣੀ ਵੀ ਪੰਜਾਬ ਦੇ ਵਿੱਚ ਗੱਲ ਕਰ ਰਹੇ ਨੇ ਕਿ ਜਿਹੜੀਆਂ ਗ੍ਰਾਮ ਪੰਚਾਇਤਾਂ ਹੈਗੀਆਂ ਨੇ ਉਹ ਮਤੇ ਪਾ ਦਿਓ ਤੇ ਇਹ ਮੋਦੀ ਨੂੰ ਰੋਕ ਦੂਗਾ, ਤੇ ਉਹ ਮੈਂ ਉਹਦੇ ਤੇ ਵੀ ਇੱਕ ਅੱਜ ਆਰਟੀਕਲ ਪੜ੍ਹ ਰਿਹਾ ਸੀਗਾ ਕਿ ਜਿਹੜੀ ਗ੍ਰਾਮ ਪੰਚਾਇਤ ਹੈਗੀ ਆ ਉਹਦਾ ਤਾਂ ਕੋਈ ਉਹਦੇ ਸਾਹਮਣੇ ਖੜਦੀ ਹੋਣੀ ਹੈਗੀ। ਸਹੀ ਗੱਲ ਹਨਾ, ਤੇ ਉਹ ਤਾਂ ਕਹਿੰਦੇ 990 ਰੁਪਏ ਹੀ ਖਰਚ ਸਕਦਾ ਬੰਦਾ ਹਨਾ, ਤੇ ਉਹ ਤੋਂ ਬਾਅਦ ਜਿਹੜਾ ਵੀਡੀਓ ਤੋਂ ਜਾਂ ਹੋਰ ਜਿਹੜੇ ਲੋਕੀ ਹੈਗੇ ਨੇ ਉਹਨਾਂ ਦੇ ਹਾੜੇ ਮਿੰਤੇ ਕਰਨੀ ਪੈਂਦੀ ਹੈਗੀ, ਤੇ ਭਗਵੰਤ ਮਾਨ ਹੁਣੀ ਨਵਾਂ ਹੀ ਜਿਹੜਾ ਉੱਥੇ ਛੱਡ ਕੇ ਚਲੇ ਜਾਂਦੇ ਹੈਗੇ। ਪਰ ਇਹਦੇ ਤਾਂ ਸੰਜੀਦਾ ਰੂਪ ਦੇ ਵਿੱਚ ਸੰਜੀਦਾ ਰੂਪ ਮਾਹਰ ਹੈਗੇ ਨੇ, ਉਹਨਾਂ ਨੂੰ ਕੰਮ ਕਰਨਾ ਚਾਹੀਦਾ ਤਾਂ ਹੀ ਕੁਛ ਜਿਹੜਾ ਇਹਦੇ ਵਿੱਚੋਂ ਨਿਕਲ ਸਕਦਾ। ਨਾਲੇ ਜਿਵੇਂ ਹੁਣ ਆਪਾਂ ਜਿਹੜੇ ਵਿਧਾਨ ਸਭਾ ਅਕਾਲੀ ਦਲ ਦੀ ਗੱਲ ਕਰਦੇ ਹਾਂ ਵੀ ਜੇ ਉਹਦੇ ਵਿੱਚ ਉਹਨਾਂ ਨੇ ਮੰਗ ਰੱਖੀ ਸੀਗੀ ਅਕਾਲੀ ਦਲ ਨੇ, ਆਮ ਆਦਮੀ ਪਾਰਟੀ ਨੇ ਜਿਹੜਾ ਪ੍ਰਸਤਾਵਿਤ ਖਰੜਾ ਜਿਹੜਾ ਹੈਗਾ ਬਿੱਲ ਦਾ ਵੀ ਸਾਨੂੰ ਦੇ ਦਿਓ, ਤਾਂ ਕਾਪੀਆਂ ਦੇ ਦੇਣ ਦਾ ਕੀ ਹਰਜ ਸੀਗਾ? ਜਿਸ ਤਰ੍ਹਾਂ ਕਾਪੀ ਨੂੰ ਉਹਨਾਂ ਕੋਲ ਜਾਊਗੀ ਤਾਂ ਉਹਦੇ ਫਿਰ ਅਗਲੀ ਡਿਸਕਸ਼ਨ ਕਿਵੇਂ ਹੋਊਗੀ? ਮੈਨੂੰ ਤਾਂ ਇੱਥੇ ਕਾਂਗਰਸ ਮੈਂਬਰ ਸਵੇਰੇ 9 ਵਜੇ ਆਪਣੇ ਕੋਲ ਕਾਪੀ ਹੁੰਦੀ ਹੈ ਇੱਥੇ। ਸਹੀ ਗੱਲ ਹੈ ਜੀ, ਵੈਬਸਾਈਟ ਤੇ ਪਾ ਦਿੰਦੇ ਆ ਬਈ ਇਹਦੇ ਤੇ ਮੁੱਦੇ ਤੇ ਗੱਲ ਹੋਊਗੀ। ਹਾਂ, ਇਹ ਤਾਂ ਜ਼ਰੂਰੀ ਹੈ ਇਹਦੇ ਤੇ ਗੱਲ ਹੋਣੀ ਆ, ਤੇ ਪਰ ਜਦੋਂ ਵਿਧਾਨ ਸਭਾ ਹੈ ਕਾਹਦੇ ਵਾਸਤੇ? ਗੱਲਬਾਤ ਕਰਨ ਵਾਸਤੇ ਆ, ਡਿਸਕਸ਼ਨ ਕਰਨ ਵਾਸਤੇ ਆ। ਫਿਰ ਉੱਥੇ ਤਾਂ ਹੁਣ ਜੇ ਧਰਨੇ ਜੇ ਤਾਂ ਵਿਧਾਨ ਸਭਾ ਦੇ ਧਰਨੇ ਲੱਗਣ ਲੱਗ ਗਏ ਫਿਰ ਤਾਂ ਮੈਨੂੰ ਲੱਗਦਾ ਨਹੀਂ ਕੋਈ ਸਾਡੇ ਪੰਜਾਬ ਦਾ ਕੋਈ ਚੁੱਪ ਛਕਣਾ ਹੈਗਾ ਇਸ ਤਰ੍ਹਾਂ ਦਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਵੀ ਕੀ ਪਾਰਟੀ ਕਿੱਦਾਂ ਖੜਦੀ। ਜੇਕਰ ਇਹ ਸਾਰੀਆਂ ਪਾਰਟੀਆਂ ਇੱਕ ਮੁੱਦੇ ਤੇ ਲੜ ਰਹੀਆਂ ਹੈਗੀਆਂ ਤਾਂ ਕੱਲ੍ਹ ਜਿਹੜੀ ਗੱਲਬਾਤ ਆ ਇਹ ਜ਼ਰੂਰ ਕਰਦੇ ਨਾ। ਤੇ ਅੱਜ ਦਾ ਪ੍ਰੋਗਰਾਮ ਕੀ ਵੀ ਪੰਜਾਬ ਸਾਥ ਜਿਹੜਾ ਹੈਗਾ ਤੁਹਾਨੂੰ ਕਿੱਦਾਂ ਦਾ ਲੱਗਿਆ ਇਸ ਬਾਬਤ ਜਿਹੜੀ ਹੈਗੀ ਆ ਸਾਨੂੰ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ ਤਾਂ ਕਿ ਇਹਦੇ ਵਿੱਚ ਜਿਹੜੀਆਂ ਕਮੀਆਂ ਹੈਗੀਆਂ ਉਹਨਾਂ ਨੂੰ ਦੂਰ ਕੀਤਾ ਜਾਵੇ। ਆਉਣ ਵਾਲੇ ਕੱਲ੍ਹ ਦੁਬਾਰਾ ਫਿਰ ਕੀ ਵੀ ਸੱਤ ਪੰਜਾਬ ਜਿਹੜਾ ਕੀ ਵੀ ਪੰਜਾਬ ਸੱਤ ਪ੍ਰੋਗਰਾਮ ਜਿਹੜਾ ਦੁਬਾਰਾ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਜਸਪ੍ਰੀਤ ਸਿੰਘ ਰਾਜਪੁਰਾ ਅਤੇ ਨਾਲ ਮੇਰੇ ਸਹਿਯੋਗੀ ਐਡੀਟਰ ਜਿਹੜੇ ਹੈਗੇ ਨੇ ਅਵਤਾਰ ਸਿੰਘ ਟਹਿਣਾ ਨੂੰ ਦਿਓ ਇਜਾਜ਼ਤ, ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ, ਅਤੇ ਉਦੋਂ ਤੱਕ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।